ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਦਾ ਬਲਬੀਰ ਸਟੋਰ ਪੋਸਟ ਆਫਿਸ ਚੌਂਕ ਮੋਡਲ ਟਾਊਨ ਲੁਧਿਆਣਾ। ਲਓ ਜੀ, ਅੱਜ ਤੁਹਾਨੂੰ ਸ਼ੋਅ ਕਰ ਰਹੇ ਹਾਂ ਨਵੇਂ ਆਰਟੀਕਲ, ਸਾੜੀਜ਼ ਐਂਡ ਡਰੈਸਿਜ ਐਂਡ ਸ਼ਰਾਰਾ ਸੂਟਸ। ਜਿੱਦਾਂ ਕਿ ਆ ਡਮੀ 'ਤੇ ਪਾਈ ਹੈ ਵੈਸਟਰਨ ਲੁੱਕ ਦੀ ਨਾ, ਪ੍ਰੋਪਰ ਗਰਲਿਸ਼ ਐਂਡ ਡਿਜ਼ਾਈਨਰ ਸਾੜੀ, ਰੈਡੀ ਟੂ ਵੇਅਰ, ਹੈਵੀ ਬਲਾਊਜ਼ ਵਿਦ ਮਲਟੀ ਕਲਰ ਸੀਕੁਐਂਸ ਸਾੜੀ ਵਿਦ ਬੈਲਟ। ਇੱਦਾਂ ਦੇ ਆਰਟੀਕਲ ਤੁਹਾਨੂੰ ਸ਼ੋਅ ਕਰਾਂਗੇ ਜਿਹੜੇ ਵੀ ਆਰਟੀਕਲ ਆਏ ਨੇ ਨਵੇਂ ਅੱਜ, ਚਾਹੇ ਅਨਾਰਕਲੀ ਹੈ ਜਾਂ ਲਹਿੰਗਾ ਜਾਂ ਫੁੱਲ ਡਰੈਸਿਸ ਨੇ ਅਤੇ ਸ਼ਰਾਰੇ ਸੂਟਸ ਨੇ, ਉਹ ਤੁਹਾਨੂੰ ਅੱਜ ਸ਼ੋਅ ਕਰਾਂਗੇ। ਸ਼ੋਅ ਕਰਨ ਤੋਂ ਪਹਿਲੇ ਤੁਹਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਈਏ। ਆਹ ਸਾਡੇ ਵਟਸਐਪ ਨੰਬਰ ਨੋਟ ਕਰ ਲਓ, ਠੀਕ ਹੈ ਜੀ? ਆਹ ਸਾਰੇ ਫੇਸਬੁੱਕ 'ਤੇ ਪਾਏ ਨੇ ਸਾਡੇ ਵਟਸਐਪ ਨੰਬਰ ਨੇ, ਅਤੇ ਜਿਹੜਾ ਵੀ ਤੁਹਾਨੂੰ ਇਹਦੇ 'ਚੋਂ ਅੱਛਾ ਲੱਗਦਾ ਨਾ ਆਰਟੀਕਲ, ਉਹਦਾ ਸਕਰੀਨਸ਼ੋਟ ਤੁਸੀਂ ਨਾਲ ਨਾਲ ਲੈ ਲੈਣਾ। ਸਕਰੀਨਸ਼ੋਟ ਲੈ ਕੇ ਸ਼ੇਅਰ ਕਰਕੇ, ਕੋਲ ਕਰਕੇ ਜਾਂ ਮੈਸੇਜ ਕਰਕੇ ਆਪਣਾ ਆਰਟੀਕਲ ਬੁੱਕ ਕਰਵਾ ਸਕਦੇ ਹੋ। ਆਹੀ ਨੰਬਰ ਹੈਗੇ ਸਾਰੇ ਜੀ, ਠੀਕ ਹੈ ਜੀ? ਲਓ ਅਤੇ ਸ਼ੁਰੂ ਕਰ ਰਹੇ ਹਾਂ ਅੱਜ ਦੀ ਲਾਈਵ ਵੀਡੀਓ। ਆਈਟਮ ਨੰਬਰ 1 ਤੋਂ ਬੜਾ ਹੀ ਪਿਆਰਾ ਇੰਗਲਿਸ਼ ਕਲਰ ਦਾ ਨਾ ਗਰਾਰਾ ਸੂਟ ਆਇਆ, ਪਿਓਰ ਜੋਰਜਟ ਫੈਬਰਿਕ ਦੇ ਉੱਪਰ ਹੈ। ਥੋੜ੍ਹੇ ਪਿੱਛੇ ਲਾਈਟ ਪਵੇ। ਲਓ ਜੀ, ਇਹ ਹੈਗੀ ਮਤਲਬ ਮੀਡੀਅਮ ਲੈਂਥ, ਨਾ ਟੂ ਸ਼ੋਰਟ ਨਾ ਲੌਂਗ ਹੈ, ਮਤਲਬ ਮੀਡੀਅਮ ਲੈਂਥ ਦੀ ਸ਼ਰਟ ਆਏਗੀ, ਪ੍ਰੋਪਰ ਹੈਂਡ ਵਰਕ ਦੇ ਵਿੱਚ, ਪਿਓਰ ਜੋਰਜਟ ਦੀ। ਕਲਰ ਵੀ ਆਏਗਾ ਜੀ ਡਸਟੀ ਬਲੂ ਕਲਰ ਹੈ, ਅਤੇ ਫੈਬਰਿਕ ਪਿਓਰ ਜੋਰਜਟ ਆ ਗਿਆ। ਕੰਮ ਜਿਹੜਾ ਆਏਗਾ ਇਹਦੇ ਉੱਪਰ ਸੀਕੁਐਂਸ ਐਂਡ ਪਰਲ ਸਲੀਵਸ ਨਾਲ ਲੱਗ ਜਾਣਗੇ, ਸਟੈਪ ਬਰੋਡ ਹੈਗੇ ਨੇ, ਕੋਈ ਚੱਕਰ ਨਹੀਂ ਹੈ। ਬਾਜ਼ੂ ਜਿੰਨੇ ਕਹੋਗੇ ਨਾਲ ਲਗਵਾ ਦਾਂਗੇ, ਫੁੱਲ ਲਗਵਾਓ ਚਾਹੇ ਹਾਫ ਲਗਾਓ, ਸਾਰਾ ਸੀਕੁਐਂਸ ਹੀ ਸਕੈਟਡ ਜਾਲ ਆਏਗਾ ਵਿਦ ਬੋਟਨੈਕ ਆਊਗਾ ਰਾਊਂਡ, ਉਹਦੇ ਉੱਪਰ ਵੀ ਤੁਹਾਨੂੰ ਸੇਮ ਹੈਂਡ ਵਰਕ ਮਿਲੇਗਾ ਜੀ, ਅਤੇ ਸਾਰਾ ਨੀਡ ਵਰਕ ਹੈਗਾ ਪਿਓਰ ਜੋਰਜਟ ਫੈਬਰਿਕ ਦੇ ਉੱਪਰ ਨਾ। ਸੀਕੁਐਂਸ ਦੀ ਦੇਖੋ ਕਿੰਨੀ ਅੱਛੀ ਫਿਨਿਸ਼ਿੰਗ ਹੈ, ਬਿਊਟੀਫੁਲ ਵਰਕ ਕੀਤਾ, ਸਕੈਲਪਿੰਗ ਇਹਦਾ ਘੇਰਾ ਆਏਗਾ ਸ਼ਰਟ ਦਾ, ਮੀਡੀਅਮ ਲੈਂਥ ਦੀ ਸ਼ਰਟ ਹੈ, ਸਕੈਟਡ ਜਾਲ ਆ ਗਿਆ, ਨਾਲ ਆ ਗਿਆ ਜੋਰਜਟ ਦਾ ਗਰਾਰਾ। ਗਰਾਰਾ ਜਿਹੜਾ ਹੈ ਉੱਪਰੋਂ ਫਿਟਿੰਗ ਵਾਲਾ ਹੋਏਗਾ ਜੀ, ਥਾਈਜ਼ ਤੋਂ ਦੇਖੋ ਪਿਓਰ ਜੋਰਜਟ, ਨੀਚੇ ਆਏਗਾ ਫੁੱਲ ਫਲੇਅਰ ਦੇ ਵਿੱਚ, ਔਰ ਫਲੇਅਰ ਦੇ ਉੱਪਰ ਵੀ ਤੁਹਾਨੂੰ ਇਸ ਤਰ੍ਹਾਂ ਹੀ ਸੀਕੁਐਂਸ ਦੀ ਬੂਟੀ ਅਤੇ ਨਾਲ ਸਕੈਲਪਿੰਗ ਨੀਡ ਹੈਂਡ ਵਰਕ ਦਾ ਨਾ ਪ੍ਰੋਪਰ ਫਾਈਨ ਬਾਰਡਰ ਮਿਲੇਗਾ ਸਾਰਾ, ਟੋਨ ਟੂ ਟੋਨ ਸਿੰਗਲ ਮੈਚਿੰਗ ਦੇ ਵਿੱਚ ਬਣਿਆ ਹੋਇਆ ਕੰਸੈਪਟ ਹੈ ਜੀ। ਮੀਡੀਅਮ ਲੈਂਥ ਦੀ ਪਿਓਰ ਜੋਰਜਟ ਸ਼ਰਟ ਆ ਗਈ, ਆ ਗਈ ਇਹਦੀ ਬੈਕ, ਬੈਕ ਵੀ ਇਸ ਤਰ੍ਹਾਂ ਹੀ ਡੀਪ ਅਤੇ ਲਟਕਣ ਡੋਰੀ ਔਰ ਸਕੈਟਿਡ ਵਿਦ ਬਾਰਡਰ ਆਏਗਾ ਸੋਲਿਡ ਹੈਂਡ ਵਰਕ ਦਾ। ਆ ਲਓ ਜੀ, ਅਤੇ ਨਾਲ ਆ ਗਿਆ ਗਰਾਰਾ, ਇਹ ਮੀਡੀਅਮ ਲੈਂਥ ਦੀ ਸ਼ਰਟ ਹੈ ਅਤੇ ਆਏਗਾ ਸ਼ਰਟ ਦੇ ਨਾਲ ਗਰਾਰਾ, ਰੈਡੀ ਟੂ ਵੇਅਰ ਹੈ ਜੀ, ਅਤੇ ਸ਼ਰਟ ਦੀ ਲੈਂਥ ਜਿਹੜੀ ਹੋਏਗੀ 36-37 ਦੇ ਨੀਅਰ ਅਬਾਊਟ ਇਹਦੀ ਲੈਂਥ ਹੋਏਗੀ, ਅਤੇ ਫੈਬਰਿਕ ਪਿਓਰ ਜੋਰਜਟ ਹੈ, ਕਲਰ ਆਏਗਾ ਡਸਟੀ ਬਲੂ, ਔਰ ਦੁਪੱਟਾ ਜਿਹੜਾ ਹੈਗਾ ਨੈੱਟ ਦਾ ਜੀ, ਲਾਈਟ ਵੇਟ ਦੁਪੱਟਾ ਹੈ ਕਿਉਂਕਿ ਡਰੈਸ ਆਲਰੇਡੀ ਬਹੁਤ ਸੋਹਣੀ ਬਣੀ ਹੈ ਗਰਾਰਾ ਸੂਟ ਦੀ। ਅਤੇ ਲਓ ਜੀ, ਆਈਟਮ ਨੰਬਰ ਹੈਗੀ ਅੱਜ ਦੀ, ਇਹ 1 ਨੰਬਰ ਆਈਟਮ ਹੈ, ਅਤੇ ਰੇਟ ਆ ਗਿਆ 25,280, 25,280 ਆਈਟਮ ਨੰਬਰ 1 ਹੈ ਜੀ। ਲਓ ਜੀ, ਨੈਕਸਟ ਆਰਟੀਕਲ ਬਿਊਟੀਫੁਲ ਇੰਡੀਅਨ ਪਿੰਕ ਕਲਰ ਆਏਗਾ ਜੀ, ਪ੍ਰੋਪਰ ਸ਼ਗਨਾਂ ਵਾਲਾ ਹੈਵੀ ਸ਼ਰਾਰਾ ਹੈ, ਪਰ ਜਿਹੜਾ ਸਟਾਈਲ ਹੈਗਾ ਨਾ ਇਹ ਪਾਕਿਸਤਾਨੀ ਸਟਾਈਲ ਹੈ, ਫੁੱਲ ਫਲੇਅਰ ਵਾਲਾ ਸ਼ੋਰਟ ਸ਼ਰਟ ਆਏਗੀ, ਹੈਵੀ ਹੈਂਡ ਵਰਕ ਦੀ, ਵੀ ਨੈਕ ਆਏਗਾ ਫਰੰਟ ਦਾ, ਅਤੇ ਫੈਬਰਿਕ ਜਿਹੜਾ ਆਏਗਾ ਪਿਓਰ ਸਿਲਕ ਦੇ ਉੱਪਰ ਹੈ, ਜਿਹੜੀ ਲਾਈਟ ਵੇਟ ਕੁਆਲਿਟੀ, ਜਿਹੜੀ ਫਾਈਨ ਕੁਆਲਿਟੀ ਹੁੰਦੀ ਹੈ ਸਿਲਕ ਦੀ, ਇਹ ਉਹ ਫੈਬਰਿਕ ਹੈਗੇ ਨੇ ਸਾਰੇ, ਅਤੇ ਕੰਮ ਤੁਹਾਨੂੰ ਮਿਲੇਗਾ ਸਾਰਾ ਨੀਟ ਐਂਡ ਕਲੀਨ ਹੈਂਡ ਵਰਕ ਦੇ ਵਿੱਚ। ਫੁੱਲ ਸਲੀਵਸ ਆਣਗੇ ਜਾਲ, ਰੇਸ਼ਮ ਦੀ ਜਿਹੜੀ ਕੰਟਰਾਸਟ ਹੈਗੇ ਡਾਰਕ ਪਿੰਕ ਅਤੇ ਗ੍ਰੀਨ ਦਾ ਕੋਂਬੀਨੇਸ਼ਨ, ਪੀਚ ਦਾ ਕੋਂਬੀਨੇਸ਼ਨ, ਅਤੇ ਪੂਰਾ ਬਾਰਡਰ ਸਕੈਲਪਿੰਗ ਮਿਲੇਗਾ ਬਾਜ਼ੂ ਦੇ ਉੱਪਰ, ਕੱਟ ਵਰਕ ਦੇ ਵਿੱਚ ਸਾਰਾ ਹੈਂਡ ਵਰਕ ਵਿਦ ਜਾਲ ਆਏਗਾ ਜੀ, ਨੀਟ ਜਾਲ ਹੈ, ਅਤੇ ਇਸ ਤਰ੍ਹਾਂ ਵੀ ਨੈਕ ਹੈਗਾ ਸੋਲਿਡ, ਸਾਰਾ ਜੁਐਲਰੀ ਵਰਕ ਕੀਤਾ ਉੱਪਰ, ਪਰਲ ਵੀ ਹੈ, ਸੀਕੁਐਂਸ ਵੀ ਹੈ, ਦਬਕਾ ਵੀ ਹੈ, ਰੇਸ਼ਮ ਵੀ ਹੈ, ਔਰ ਜ਼ਰੀ ਵੀ ਹੈ। ਇਸ ਤਰ੍ਹਾਂ ਹੀ ਤੁਹਾਨੂੰ ਪੂਰਾ ਜਾਲ ਆ ਗਿਆ ਜੀ ਨੈਕ ਦੇ ਨਾਲ ਸ਼ਰਟ 'ਤੇ, ਅਤੇ ਸਕੈਲਪਿੰਗ ਆ ਗਏ ਅਤੇ ਚੌਕ ਕੱਟਵਰਕ ਵਾਲੀ ਚਾਕਾ ਬਣੀ ਹੋਈ ਦੀ, ਔਰ ਪੂਰਾ ਸੋਲਿਡ ਹੈਂਡ ਵਰਕ ਮਿਲੇਗਾ, ਨੀਚੇ ਘੇਰਾ ਵੀ ਇਹਦਾ ਸਕੈਲਪਿੰਗ ਦੇ ਵਿੱਚ ਹੈਗਾ, ਬਿਊਟੀਫੁਲ ਕਲਰ ਹੈ ਜੀ, ਫੈਬਰਿਕ ਸਿਲਕ ਹੈ, ਅਤੇ ਆਏਗਾ ਸ਼ਰਾਰਾ ਸ਼ੋਰਟ ਸ਼ਰਟ ਦੇ ਨਾਲ ਆਏਗਾ, ਫੁੱਲ ਕਲੀਆਂ ਵਾਲਾ, ਉੱਪਰੋਂ ਜਿਹੜੀ ਕਲੀਆਂ ਸਟਾਰਟ ਹੁੰਦੀਆਂ ਨਾ ਇਹ ਉਹ ਵਾਲਾ ਸ਼ਰਾਰਾ ਹੈਗਾ ਜੀ, ਵੇਸ ਤੋਂ ਕਲੀਆਂ ਸਟਾਰਟ ਹੋ ਜਾਣਗੀਆਂ, ਹਰ ਕਲੀ ਦੇ ਵਿੱਚ ਤੁਹਾਨੂੰ ਵਰਕ ਮਿਲੇਗਾ ਸਾਰਾ ਜ਼ਰੀ ਔਰ ਪਲ ਦੇ ਵਿੱਚ, ਨੀਚੇ ਇਸ ਤਰ੍ਹਾਂ ਬੇਲਾਂ ਮਿਲਣਗੀਆਂ ਅਤੇ ਜਾਲ ਮਿਲੇਗਾ, ਸੋਲਿਡ ਵਰਕ ਹੈ ਜੀ, ਹੈਂਡ ਦੇ ਵਿੱਚ ਫਿਨਿਸ਼ਿੰਗ ਦੇਖੋ ਕਿੰਨੀ ਪਿਆਰੀ ਹੈ, ਬਿਊਟੀਫੁੱਲ ਵਰਕ ਹੈ ਅਤੇ ਬਿਊਟੀਫੁੱਲ ਕਲਰ ਮੈਚਿੰਗ ਹੈ। ਇਹ ਆਏਗਾ ਫੁੱਲ ਮਤਲਬ ਫੁੱਲ ਫਲੇਅਰ ਵਾਲਾ ਸ਼ਰਾਰਾ ਜੀ, ਕਲੀਆਂ ਵਾਲਾ ਸ਼ੋਰਟ ਸ਼ਰਟ ਆ ਗਈ, ਆ ਗਈ ਇਹਦੀ ਬੈਕ, ਬੈਕ ਵੀ ਨੈਕ ਹੈ, ਸੇਮ ਹੀ ਨੈਕ ਬਣਿਆ, ਹੈਂਡ ਵਰਕ ਦਾ ਡੋਰੀ ਆਏਗੀ, ਅਤੇ ਕਿ ਅਤੇ ਪ੍ਰੋਪਰ ਹੈਵੀ ਲੁੱਕ ਕੰਸੈਪਟ ਹੈਗਾ ਜੀ, ਕੋਈ ਵੀ ਫੰਕਸ਼ਨ 'ਤੇ ਪਾਓ ਵੇਅਰ ਆਉਣ ਵਾਲਾ ਕੰਸੈਪਟ ਹੈਗੇ ਨੇ, ਬਿਊਟੀਫੁੱਲ ਕਲਰ ਹੈ ਜੀ, ਅਤੇ ਫੈਬਰਿਕ ਪਿਓਰ ਸਿਲਕ ਹੈ, ਅਤੇ ਕਲਰ ਆਏਗਾ ਪਿੰਕ, ਕੰਮ ਆਏਗਾ ਸਾਰਾ ਹੈਂਡ ਦਾ। ਅਤੇ ਆਈਟਮ ਨੰਬਰ ਜਿਹੜੀ ਹੈਗੀ ਅੱਜ ਦੀ ਹੈਗੀ ਹੈ 2 ਨੰਬਰ ਆਈਟਮ ਹੈ, ਅਤੇ ਰੇਟ ਆ ਗਿਆ ਜੀ 40,060 ਆਈਟਮ ਨੰਬਰ ਹੈਗੀ 2। ਲਓ ਜੀ, ਮਲਟੀ ਕਲਰ ਦੇ ਵਿੱਚ ਪਿਓਰ ਜੋਰਜਟ ਦਾ ਗਰਾਰਾ ਸੂਟ, ਇਹ ਵੀ ਐਨੀ ਫੰਕਸ਼ਨ 'ਤੇ ਪਾਓ, ਹਲਦੀ ਹੈ, ਮਹਿੰਦੀ ਹੈ, ਸ਼ਗਨ ਹੈ, ਜਾਗੋ ਹੈ, ਕਿਸ ਕੋਈ ਵੀ ਫੰਕਸ਼ਨ 'ਤੇ ਵੇਅਰ ਕਰ ਲਓ, ਬਿਊਟੀਫੁੱਲ ਆਈਸ ਬਲੂ ਕਲਰ ਆਏਗਾ,
ਤੇ ਕੰਮ ਸਾਰਾ ਹੈਂਡ ਦਾ ਇਹਦੇ ਉੱਪਰ ਵੀ ਦਬਕੇ ਦੇ ਵਿੱਚ ਸਿਲਿਆ ਜੀ ਫੁੱਲ ਸਲੀਵਸ ਆਣਗੇ ਫੁੱਲ ਸਲੀਵਸ ਤੇ ਇਸ ਤਰ੍ਹਾਂ ਹੀ ਬੂਟਾ ਬਣਿਆ ਤੇ ਬੂਟੀ ਹੈ ਤੇ ਨਾਲ ਇਸ ਤਰ੍ਹਾਂ ਬਾਰਡਰ ਆਏਗਾ ਕੰਟਰਾਸਟ ਦੇਖੋ ਕੰਮ ਤੁਹਾਨੂੰ ਨਾ ਨੀਡ ਨੇੜੇ ਕਰਕੇ ਤੁਹਾਨੂੰ ਸ਼ੋਅ ਕਰਦੇ ਆ ਦਬਕਾ ਔਰ ਪਲ ਦੇ ਵਿੱਚ ਸਾਰਾ ਸੋਲਿਡ ਵਰਕ ਕੀਤਾ ਫੁੱਲ ਬਾਜੂ ਤੇ ਇਸ ਤਰ੍ਹਾਂ ਹੀ ਪੈਚਿੰਗ ਆਏਗੀ ਮੋਟੀ ਪਾਣਗੇ ਬਾਜੂ ਦੇ ਉੱਪਰ ਔਰ ਰਾਊਂਡ ਨੈਕ ਆਏਗਾ ਇਹਦਾ ਸੋਲਿਡ ਵਰਕ ਦੇ ਵਿੱਚ ਕੰਟਰਾਸਟ ਜਿਹੜਾ ਹੈਗਾ ਗਾਜਰੀ ਕਲਰ ਦਾ ਹੈਗਾ ਆਈਸ ਬਲੂ ਦੇ ਨਾਲ ਕੰਬੀਨੇਸ਼ਨ ਪੂਰਾ ਹੈਵੀ ਨੈਕ ਬਣਿਆ ਵਿਦ ਬੂਟੀ ਚੋਕਾਂ ਦੇ ਵੀ ਤੁਹਾਨੂੰ ਇਸ ਤਰ੍ਹਾਂ ਹੀ ਨਾ ਅੰਬੀਆਂ ਵਾਲੇ ਬਾਰਡਰ ਵਿਦ ਵੇਲਾਂ ਮਿਲਣਗੀਆਂ ਕੰਟਰਾਸਟ ਬਾਰਡਰ ਆ ਗਿਆ ਬੈਂਦੀ ਗ੍ਰੀਨ ਗਾਜਰੀ ਤੇ ਮਲਟੀ ਕਲਰ ਵਰਕ ਦੇ ਵਿੱਚ ਪੂਰੇ ਹੈਵੀ ਸ਼ਰਟ ਬਣੀ ਹੈ ਜੀ ਫਰੰਟ ਐਂਡ ਬੈਕ ਤੋਂ ਤੇ ਆਏਗੀ ਇਹਦਾ ਗਰਾਰਾ ਗਰਾਰਾ ਜਿਹੜਾ ਹੈਗਾ ਉਹ ਵੀ ਪਾਕਿਸਤਾਨੀ ਸਟਾਈਲ ਦਾ ਹੈ ਵਰਕ ਗਰਾਰੇ ਤੇ ਮਿਲੇਗਾ ਤੁਹਾਨੂੰ ਪੂਰਾ ਹੈਵੀ ਕਿਉਂਕਿ ਇਹ ਫੰਕਸ਼ਨ ਜਿਹੜੇ ਪਾਉਣ ਵਾਲਾ ਕਨਸੈਪਟ ਹੈਗੇ ਨਾ ਇਹ ਡਿਫਰੈਂਟ ਨੇ ਜੀ ਪੂਰਾ ਹੈਵੀ ਗਰਾਰਾ ਮਿਲੇਗਾ ਪਿਓਰ ਜੋਰਜਟ ਦਾ ਵਿਦ ਮਲਟੀ ਕਲਰ ਵਰਕ ਐਕਚੁਅਲੀ ਇਹਦੇ ਉੱਪਰ ਜਿਹੜਾ ਪਹਿਲੇ ਕੰਮ ਹੈ ਸਾਰਾ ਜ਼ਰੀ ਔਰ ਥਰੈਡ ਦੇ ਉੱਪਰ ਥਰੈਡ ਦੇ ਨਾਲ ਆਏਗਾ ਸਾਰਾ ਹੈਂਡ ਵਰਕ ਵਿਦ ਆਣਗੇ ਬਾਰਡਰ ਦੀ ਫਿਨਿਸ਼ਿੰਗ ਮਲਟੀ ਕਲਰ ਬਾਰਡਰ ਦੀ ਨਾ ਪ੍ਰੋਪਰ ਫਿਨਿਸ਼ਿੰਗ ਆਏਗੀ ਸ਼ੋਰਟ ਸ਼ਰਟ ਹੈਗੀ ਹੈ ਜੀ ਹੈਵੀ ਬੈਕ ਔਰ ਫਰੰਟ ਤੋਂ ਬੈਕ ਦੇਖੋ ਕਿੰਨੀ ਨਾਈਸ ਹੈ ਪੂਰੀ ਹੈਵੀ ਬੈਕ ਬਣੀ ਹੈ ਪ੍ਰੋਪਰ ਹੈਵੀ ਨੈਕ ਆਏਗਾ ਜਿਊਲਰੀ ਸਾਰਾ ਪ੍ਰੋਪਰ ਹੈਂਡ ਦਾ ਕੰਮ ਹੈ ਸਾਰਾ ਜੀ ਬਾਰਡਰ ਆ ਗਿਆ ਬੈਕ ਤੇ ਸਾਰਾ ਨੀਡ ਦਬਕੇ ਦੇ ਵਿੱਚ ਸਿਲਿਆ ਮਲਟੀ ਕਲਰ ਵਰਕ ਥਰੈਡ ਔਰ ਦਬਕਾ ਪੂਰੀ ਸ਼ਰਟ ਹੈਵੀ ਹੈ ਜੀ ਵਿਦ ਗਰਾਰਾ ਹੈਵੀ ਆਏਗਾ ਨਾਲ ਕੰਬੀਨੇਸ਼ਨ ਦੇਖੋ ਇਹ ਹੈਗੇ ਡਿਜ਼ਾਈਨਰ ਤੇ ਬੁਟੀਕ ਸਟਾਈਲ ਕੰਬੀਨੇਸ਼ਨ ਡੇਰੇ ਡਿਫਰੈਂਟ ਔਰ ਨਵੇਂ ਚੱਲ ਰਹੇ ਨਾ ਇੰਗਲਿਸ਼ ਕਲਰ ਦੇ ਨਾਲ ਡਾਰਕ ਜਿਸ ਤਰ੍ਹਾਂ ਯੈਲੋ ਮਸਟਰਡ ਹੋ ਗਿਆ ਸੁਪਰ ਹੈ ਜੀ ਦੁਪੱਟਾ ਜਿਹੜਾ ਆਏਗਾ ਚਨੌਂਦ ਹੈ ਕੰਟਰਾਸਟ ਦੁਪੱਟਾ ਆਏਗਾ ਫੋਰ ਸਾਈਡ ਬਾਰਡਰ ਵਿਦ ਆਲ ਓਵਰ ਬੂਟੀ ਹੈ ਜੀ ਦੁਪੱਟੇ ਦੇ ਵਿੱਚ ਵੀ ਅਲਟੀਮੇਟ ਕੰਟਰਾਸਟ ਹੈਗਾ ਜੀ ਸ਼ੋਰਟ ਸ਼ਰਟ ਦੇ ਨਾਲ ਗਰਾਰਾ ਕਲਰ ਹੈਗਾ ਆਈਸ ਬਲੂ ਵਰਕ ਆਏਗਾ ਮਲਟੀ ਕਲਰ ਐਂਡ ਦਬਕਾ ਤੇ ਰੇਟ ਹੈਗਾ ਜੀ 42,720 42,720 ਆਈਟਮ ਨੰਬਰ ਹੈਗੀ ਹੈ 3 ਅੱਜ ਕੀ ਹੋ ਗਿਆ ਬਲਾ ਨਹੀਂ ਸੈੱਟ ਹੈਗਾ ਲਓ ਜੀ ਨੈਕਸਟ ਆਰਟੀਕਲ ਦੇਖੋ ਫੁੱਲ ਲੈਂਥ ਅਨਾਰਕਲੀ ਹੈ ਇਹ ਐਂਕਲ ਲੈਂਥ ਅਨਾਰਕਲੀ ਹੈ ਤੇ ਨਾਲ ਤੁਹਾਨੂੰ ਮਿਲੇਗੀ ਦੁਪੱਟਾ ਔਰ ਸਾਰਾ ਕੰਮ ਜਿਹੜਾ ਹੈਗਾ ਸੈਲਫ ਮੈਚਿੰਗ ਵਾਲਾ ਪਿਓਰ ਜੋਰਜਟ ਦੀ ਅਨਾਰਕਲੀ ਹੈ ਜੀ ਫੁੱਲ ਸਲੀਵਸ ਆਣਗੇ ਥਰੈਡ ਦੇ ਹਲਕੀ ਹਲਕੀ ਟੱਚਿੰਗ ਆਏਗੀ ਹੈਂਡ ਵਰਕ ਦੀ ਨਾਲ ਫੁੱਲ ਬਾਜੂ ਸਾਰਾ ਟੋਨ ਟੂ ਟੋਨ ਵਰਕ ਹੈ ਰਾਊਂਡ ਨੈਕ ਆ ਗਿਆ ਯੋਕ ਤੇ ਵੀ ਪੂਰਾ ਜਾਲ ਹੈ ਤੇ ਇਹਦੇ ਵੇਸ ਤੇ ਵੀ ਪੂਰਾ ਜਾਲ ਮਿਲੇਗਾ ਕਿਹਨਾਂ ਕਿ ਸਾਰਾ ਨੀਚੇ ਕੰਟੀਨਿਊ ਨਹੀਂ ਹੈਗਾ ਤੇ ਆਣਗੀਆਂ ਜੋਰਜਟ ਦੀਆਂ ਕਲੀਆਂ ਇਸ ਤਰ੍ਹਾਂ ਹੀ ਨਾ ਰਫਲ ਦੇ ਵਿੱਚ ਤੇ ਜੋਰਜਟ ਦੀ ਡਬਲ ਲੇਅਰ ਵਾਲੀ ਕਲੀਆਂ ਆਣਗੀਆਂ ਸੁਪਰ ਅਨਾਰਕਲੀ ਹੈ ਜੀ ਪਿਕੋ ਬਲੂ ਕਲਰ ਦੀ ਫਰੰਟ ਐਂਡ ਬੈਕ ਸੇਮ ਮਿਲੇਗੀ ਤੁਹਾਨੂੰ ਆਹ ਦੇਖੋ ਬੈਕ ਤੇ ਵੀ ਸੇਮ ਵਰਕ ਹੈ ਬੈਕ ਤੇ ਡੋਰੀ ਆਏਗੀ ਡੀਪ ਹੈ ਤੇ ਲਟਕਣ ਆਣਗੇ ਪੂਰਾ ਬੈਕ ਤੇ ਵੀ ਤੁਹਾਨੂੰ ਸੇਮ ਟੋਨ ਟੂ ਟੋਨ ਵਰਕ ਹੈ ਇਹ ਕੰਮ ਸਾਰਾ ਥਰੈਡ ਦਾ ਹੈ ਮੈਟ ਫਿਨਿਸ਼ ਲੁੱਕ ਦੀ ਅਨਾਰਕਲੀ ਹੈਗੀ ਹੈ ਫੁੱਲ ਸਲੀਵ ਦੇ ਵਿੱਚ ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ ਹੈ ਦੁਪੱਟਾ ਆਏਗਾ ਨੈਟ ਦਾ ਦੁਪੱਟੇ ਦੇ ਵਿੱਚ ਵੀ ਤੁਹਾਨੂੰ ਸੇਮ ਥਰੈਡ ਦਾ ਬਾਰਡਰ ਮਿਲੇਗਾ ਲਾਈਟਵੇਟ ਬਾਰਡਰ ਹੈਗਾ ਕਿਉਂਕਿ ਲਾਈਟਵੇਟ ਹੀ ਅਨਾਰਕਲੀ ਹੈ ਸੋਬਰ ਜੈਂਟਲੀ ਫੈਬਰਿਕ ਪਿਓਰ ਜੋਰਜਟ ਹੈ ਜੀ ਕਲਰ ਆਏਗਾ ਬਲੂ ਤੇ ਆਈਟਮ ਨੰਬਰ ਹੈਗੀ ਅੱਜ ਦੀ ਹੈਗੀ ਹੈ 4 ਰੇਟ ਆ ਗਿਆ 9960 ਆਈਟਮ ਨੰਬਰ 4 ਹੈ ਜੀ ਲਿਓ ਵੀ ਲਓ ਜੀ ਸੁਪਰ ਡਸਟੀ ਪਿੰਕ ਇਹ ਵੀ ਐਂਕਲ ਲੈਂਥ ਅਨਾਰਕਲੀ ਹੈ ਪਰ ਇਹਦੇ ਨਾਲ ਆਏਗਾ ਪਲਾਜ਼ੋ ਜਿਹੜਾ ਕਿ ਅੱਜ ਕੱਲ੍ਹ ਟ੍ਰੈਂਡ ਹੈਗਾ ਫੁੱਲ ਕਲੀਆਂ ਆਣਗੀ ਸ਼ੋਲਡਰ ਤੋਂ ਲੈ ਕੇ ਨੀਚੇ ਤੱਕ ਆਲ ਓਵਰ ਕਲੀਆਂ ਦੇ ਵਿੱਚ ਚਿਕਨਕਾਰੀ ਵਿਦ ਹੈਂਡ ਵਰਕ ਆਏਗਾ ਪਹਿਲੇ ਤੁਹਾਨੂੰ ਫੁੱਲ ਸਲੀਵ ਦਿਖਾਣਾ ਜਿਹੜੇ ਪੇਸਟਲ ਕਲਰ ਦੀ ਨਾ ਐਮਬਰਾਇਡਰੀ ਹੈਗੀ ਹੈ ਸੀਕੁਐਂਸ ਵਿਦ ਥਰੈਡ ਯੂਜ਼ ਕੀਤੇ ਨੇ ਕੰਟਰਾਸਟ ਫੁੱਲ ਬਾਜ਼ੋ ਆਣਗੇ ਪਿਓਰ ਜੋਰਜਟ ਦੇ ਉੱਪਰ ਸਾਰਾ ਹੈਂਡ ਵਰਕ ਮਿਲੇਗਾ ਤੁਹਾਨੂੰ ਥਰੈਡ ਦੇ ਨਾਲ ਸੀਕੁਐਂਸ ਵੀ ਹੈ ਤੇ ਮਲਟੀ ਕਲਰ ਥਰੈਡ ਵੀ ਹੈ ਵੀ ਨੈਕ ਆਏਗਾ ਸਾਰਾ ਜ਼ਰਕਨ ਦਾ ਜੀ ਸਟੋਨ ਦਾ ਔਰ ਇਹਦੀ ਕਲੀਆਂ ਜਿਹੜੀ ਹੈ ਸਟਾਰਟ ਹੋ ਜਾਣਗੇ ਸ਼ੋਲਡਰ ਤੋਂ ਹਰ ਕਲੀ ਦੇ ਵਿੱਚ ਤੁਹਾਨੂੰ ਜਾਲ ਹੈ ਜੀ ਦੇਖੋ ਪੂਰਾ ਜਾਲ ਹੈ ਪਰ ਡਿਜ਼ਾਈਨਰ ਜਾਲ ਮਿਲੇਗਾ ਔਰ ਸੋਬਰ ਜੈਂਟਲੀ ਕਨਸੈਪਟ ਦੀ ਅਨਾਰਕਲੀ ਹੈਗੀ ਹੈ ਪ੍ਰੋਪਰ ਦੇਖੋ ਨਾ ਇੰਗਲਿਸ਼ ਕਲਰ ਦੇ ਵਿੱਚ ਇਸ ਤਰ੍ਹਾਂ ਹੀ ਮੋਟਿਫ ਆਣਗੇ ਹਰ ਕਲੀ ਦੇ ਵਿੱਚ ਤੇ ਸੀਕੁਐਂਸ ਦੀ ਮੈਚਿੰਗ ਹੈਗੀ ਹੈ ਟੱਚਿੰਗ ਹੈਗੀ ਨਾਲ ਦੇਖੋ ਬਿਊਟੀਫੁਲ ਕੰਬੀਨੇਸ਼ਨ ਨੇ ਕਲਰਸ ਦੇ ਵੀ ਇਹ ਆਏਗੀ ਮਤਲਬ ਐਂਕਲ ਲੈਂਥ ਅਨਾਰਕਲੀ ਫਰੰਟ ਔਰ ਬੈਕ ਸੇਮ ਹੈਗੀ ਇਹਦੀ ਆਹ ਦੇਖੋ ਬੈਕ ਵੀ ਤੁਹਾਨੂੰ ਇਸ ਤਰ੍ਹਾਂ ਹੀ ਵੀ ਨੈਕ ਮਿਲੇਗਾ ਤੇ ਆਲ ਓਵਰ ਕਲੀਆਂ ਦੇ ਵਿੱਚ ਸੇਮ ਵਰਕ ਆਏਗਾ ਜੀ ਇਹ ਪ੍ਰੋਪਰ ਸੈਲੀਬ੍ਰਿਟੀ ਸਟਾਈਲ ਤੇ ਡਿਜ਼ਾਈਨਰ ਕਨਸੈਪਟ ਹੈ ਵਿਦ ਪਲਾਜ਼ੋ ਪਲਾਜ਼ੋ ਜਿਹੜਾ ਮਿਲੇਗਾ ਤੁਹਾਨੂੰ ਜੋਰਜਟ ਦਾ ਆਹ ਦੇਖੋ ਪਲਾਜ਼ੋ ਤੇ ਵੀ ਤੁਹਾਨੂੰ ਸੇਮ ਇਸ ਤਰ੍ਹਾਂ ਨਾ ਪਲਾਜ਼ੋ ਦੇ ਪਹੁੰਚੇ ਤੇ ਪ੍ਰੋਪਰ ਵਰਕ ਮਿਲੇਗਾ ਦੇਖੋ ਫਰੇਅਰ ਦੇ ਉੱਪਰ ਸੇਮ ਵਰਕ ਕੀਤਾ ਜੀ ਹੈਂਡ ਔਰ ਸੀਕੁਐਂਸ ਦਾ ਜੀ ਬੜੀ ਸੋਬਰ ਜੈਂਟਰੀ ਨਾਲ ਕਲੀ ਐਂਕਲ ਲੈਂਥ ਵਾਲੀ ਵਿਦ ਪਲਾਜ਼ੋ ਫੈਬਰਿਕ ਪਿਓਰ ਜੋਰਜਟ ਹੈ ਦੁਪੱਟਾ ਆਏਗਾ ਜੋਰਜਟ ਦਾ ਦੁਪੱਟਾ ਜਿਹੜਾ ਚਾਰੇ ਪਾਸੇ ਬਾਰਡਰ ਬਣਿਆ ਜੀ ਸੇਮ ਵਰਕ ਵਾਲਾ ਥਰੈਡ ਔਰ ਸੀਕੁਐਂਸ ਦੇ ਵਿੱਚ ਹਲਕੀ ਜੀ ਬੂਟੀ ਆਏਗੀ ਸੇਮ ਕਲਰ ਦਾ ਹੀ ਦੁਪੱਟਾ ਜੀ ਆਹ ਲਓ ਜੀ ਆਹ ਲੁੱਕ ਆਏਗੀ ਜੀ ਐਂਕਲ ਲੈਂਥ ਅਨਾਰਕਲੀ ਦੀ ਫੈਬਰਿਕ ਪਿਓਰ ਜੋਰਜਟ ਹੈ ਤੇ ਕਲਰ ਡਸਟੀ ਪਿੰਕ ਹੈ ਕੰਮ ਸਾਰਾ ਹੈਂਡ ਐਂਡ ਥਰੈਡ ਦਾ ਆਏਗਾ ਲਓ ਜੀ ਕਰੋ ਆਈਟਮ ਨੰਬਰ ਹੈਗਾ ਜੀ ਅੱਜ ਦੀ ਇਹ 5 ਹੈ ਤੇ ਰੇਟ ਆਏਗਾ ਜੀ 16,020 16,020 ਆਈਟਮ ਨੰਬਰ 5 ਹੈ ਜੀ ਅੱਜ ਲਓ ਜੀ ਨੈਕਸਟ ਆਰਟੀਕਲ ਦੇਖਣਾ ਜੀ ਇਹ ਲੌਂਗ ਸ਼ਰਟ ਵਾਲਾ ਕਨਸੈਪਟ ਆਏਗਾ ਜੀ ਫੈਬਰਿਕ ਇਹਦਾ ਵੀ ਪਿਓਰ ਸਿਲਕ ਹੈ
ਤੇ ਕਲਰ ਜਿਹੜਾ ਆਏਗਾ ਰੋਜ਼ ਗੋਲਡ ਹੈ ਜੀ। ਇਹਦੇ ਫਰੰਟ ਦੇਖੋ ਨਾ ਪੂਰਾ ਜਾਲ ਆਏਗਾ, ਹੈਵੀ ਜਾਲ ਬਣਿਆ ਸਾਰਾ, ਹੈਂਡ ਥਰੈਡ ਦੇ ਵਿੱਚ ਵੀ ਨੈਕ ਆ ਗਿਆ, ਦਬਕਾ ਨਕਸ਼ੀ ਰੇਸ਼ਮ, ਫੁੱਲ ਸਲੀਵਸ ਆਣਗੇ ਜੀ। ਫੁੱਲ ਸਲੀਵਸ ਵੀ ਸੇਮ ਵਰਕ ਵਾਲੇ, ਹੈਂਡ ਵਰਕ ਦੇ ਵਿੱਚ ਟਚਿੰਗ ਆਏਗੀ ਪ੍ਰੋਪਰ ਸਾਰੀ, ਸੈਲਫ ਮੈਚਿੰਗ ਦੇ ਵਿੱਚ ਪੂਰੀ ਹੈਵੀ ਸ਼ਰਟ ਆ ਗਈ ਸੈਂਟਰ ਕੱਟ ਦੇ ਨਾਲ। ਇਹ ਲੌਂਗ ਪਾਕਿਸਤਾਨੀ ਸਟਾਈਲ ਆਏਗਾ, ਹਲਕਾ ਜਿਹਾ ਸੈਂਟਰ ਕੱਟ ਆਏਗਾ ਪੂਰੀ ਹੈਵੀ ਸ਼ਰਟ ਦੇ ਉੱਪਰ, ਫੈਬਰਿਕ ਪਿਓਰ ਔਰਗੈਂਜ਼ਾ ਹੈ। ਅਤੇ ਜਿਹੜਾ ਪਲਾਜ਼ੋ ਆਏਗਾ ਉਹ ਤੁਹਾਨੂੰ ਮਿਲੇਗਾ ਕਲੀਆਂ ਵਾਲਾ ਜੋਰਜਟ ਦਾ, ਫੁੱਲ ਫਲੇਅਰ ਵਾਲਾ ਪਲਾਜ਼ੋ ਹੈ ਜੀ ਸ਼ਰਟ ਦੀ ਫਰੰਟ। ਅਤੇ ਆ ਆਏਗੀ ਇਹਦੀ ਬੈਕ, ਬੈਕ 'ਤੇ ਤੁਹਾਨੂੰ ਨੈੱਕ ਮਿਲੇਗਾ ਸਲੀਕ ਜਿਹਾ, ਪ੍ਰੋਪਰ ਹੈਂਡ ਵਰਕ ਦਾ ਨੈੱਕ ਹੈ ਜੀ। ਵੀ ਨੈੱਕ ਬਣਿਆ ਹੋਏਗਾ ਬੈਕ 'ਤੇ ਵੀ, ਕਿਉਂਕਿ ਸ਼ਰਟ ਆਲਰੇਡੀ ਪੂਰੀ ਹੈਵੀ ਬਣੀ ਹੋਈ ਹੈ, ਪਰ ਲੁੱਕ ਹੈਵੀ ਹੈ ਪਰ ਵੇਟ ਨਹੀਂ ਹੈ, ਵੇਟ ਹੈਗਾ ਲਾਈਟ ਵੇਟ। ਅਤੇ ਨਾਲ ਦੁਪੱਟਾ ਆਏਗਾ ਸੇਮ ਵਰਕ ਦਾ, ਫੋਰ ਸਾਈਡ ਬਾਰਡਰ ਨੈੱਟ ਦਾ ਦੁਪੱਟਾ ਆਏਗਾ ਜੀ, ਸੇਮ ਬੈਚਿੰਗ ਦੇ ਨਾਲ ਸੇਮ ਵਰਕ ਦੇ ਨਾਲ ਇਸ ਤਰ੍ਹਾਂ ਹੀ ਦੁਪੱਟਾ ਆਏਗਾ ਜੀ, ਸੇਮ ਕਲਰ ਦਾ। ਆਹ ਦੁਪੱਟੇ ਦਾ ਬਾਰਡਰ ਮਿਲੇਗਾ ਤੁਹਾਨੂੰ, ਬੜਾ ਬਿਊਟੀਫੁਲ ਕੰਸੈਪਟ ਹੈ ਜੀ, ਨਾਲੇ ਕਲਰ ਮੈਚਿੰਗ ਵੀ ਡਿਫਰੈਂਟ ਹੈ, ਬਹੁਤ ਰੋਇਲ ਹੈ ਜੀ। ਪ੍ਰੋਪਰ ਪਾਰਟੀ ਵੇਅਰ ਦੇ ਵਿੱਚ ਲੌਂਗ ਸ਼ਰਟ ਦੇ ਨਾਲ ਆਏਗਾ ਪਲਾਜ਼ੋ। ਕਰੋ ਬੇਟਾ ਆਈਟਮ ਨੰਬਰ ਕਰ, ਇਹ ਆਈਟਮ ਨੰਬਰ ਹੈਗੀ ਅੱਜ ਦੀ ਹੈਗੀ ਹੈ 6 ਜੀ, ਅਤੇ ਰੇਟ ਆ ਗਿਆ 37,210, 37,210। ਆਈਟਮ ਨੰਬਰ ਹੈਗੀ ਹੈ 6। ਲਿਆ ਬਈ, ਲਓ ਜੀ ਗਰਲਿਸ਼, ਇਹ ਨਾ ਥੋੜ੍ਹਾ ਖੋਲ ਲੈ ਬੱਚੇ ਰਾਜੇ, ਇਹ ਫਸਦਾ ਹੈ ਆਪਸ ਦੇ ਵਿੱਚ, ਹਾਂ ਖੋਲ ਲੈ ਫਲੇਅਰ। ਲਓ ਜੀ ਇਹ ਆ ਗਿਆ ਜੀ ਸ਼ੋਰਟ ਬਲਾਊਜ਼ ਵਿਦ ਸ਼ਰਾਰਾ, ਇਹ ਵੀ ਕਲਰ ਡਸਟੀ ਗ੍ਰੀਨ ਹੈ, ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ, ਪੂਰਾ ਹੈਵੀ ਬਲਾਊਜ਼ ਮਿਲੇਗਾ ਇਸ ਤਰ੍ਹਾਂ ਸਟੈਪ ਲੁੱਕ ਦਾ। ਅਗਰ ਸਟੈਪ ਨਹੀਂ ਚਾਹੀਦੇ ਤੁਹਾਨੂੰ ਸਲੀਵਸ ਵੀ ਨਾਲ ਐਡ ਕਰ ਦਾਂਗੇ, ਜਿੰਨੇ ਲਗਵਾ ਲਓ ਸਲੀਵਸ, ਚਾਹੇ ਫੁੱਲ ਲਗਵਾਓ ਚਾਹੇ ਹਾਫ, ਤੁਹਾਡੀ ਲਾਈਕਿੰਗ ਹੈਗੀ ਹੈ। ਪੂਰਾ ਹੈਵੀ ਬਲਾਊਜ਼ ਆਏਗਾ ਸਾਰਾ ਜੂਲਰੀ ਵਰਕ ਦੇ ਵਿੱਚ, ਟੋਟਲ ਹੈਂਡ ਮਿਰਰ ਕਟਦਾਨਾ ਸੀਕੁਐਂਸ ਮਿਕਸ ਵਰਕ ਹੈ ਜੀ, ਸਾਰਾ ਜੂਲਰੀ ਵਰਕ ਮਿਲੇਗਾ, ਪੂਰਾ ਹੈਵੀ ਬਲਾਊਜ਼ ਪਿਓਰ ਜੋਰਜਟ ਦਾ। ਇਸ ਤਰ੍ਹਾਂ ਹੀ ਰਾਊਂਡ ਸ਼ੋਪ ਦੇ ਵਿੱਚ ਇਹਦੀ ਸ਼ੇਪ ਆਏਗੀ, ਸਲੀਵਸ ਜਿੰਨੇ ਕਹੋਗੇ ਲੱਗ ਜਾਣਗੇ। ਪੂਰਾ ਹੈਵੀ ਬਲਾਊਜ਼ ਵਿਦ ਆਏਗਾ ਕਲੀਆਂ ਵਾਲਾ ਸ਼ਰਾਰਾ, ਪਕੜੀ ਬੇਟੇ ਦਾ ਬਲਾਊਜ਼ ਸ਼ਰਾਰਾ ਜਿਹੜਾ ਹੋਏਗਾ ਇਹਦਾ ਫੁੱਲ ਕਲੀਆਂ ਦੇ ਵਿੱਚ ਹੈ ਜੀ, ਠੀਕ ਹੈ ਨਾ। ਉੱਪਰੋਂ ਬੈਲਟ ਤੋਂ ਕਲੀਆਂ ਸਟਾਰਟ ਹੋ ਜਾਣਗੀ, ਟੋਟਲ ਸੀਕੁਐਂਸ ਵਰਕ ਐਂਡ ਥਰੈਡ ਦੀ ਇਸ ਤਰ੍ਹਾਂ ਲਾਈਨ ਆਏਗੀ। ਪੂਰਾ ਜਾਲ ਆਏਗਾ ਜੀ, ਨੀਚੇ ਬਾਰਡਰ ਤੇ ਵੀ ਪੂਰੀ ਫਿਨਿਸ਼ਿੰਗ ਹੈਗੀ ਹੈ, ਗੋਟਾ ਐਂਡ ਪਾਈਪਿੰਗ ਦੀ, ਫੁੱਲ ਫਲੇਅਰ ਵਾਲਾ ਸ਼ਰਾਰਾ ਸ਼ੋਰਟ ਬਲਾਊਜ਼ ਦੇ ਨਾਲ, ਹੈਵੀ ਬਲਾਊਜ਼ ਵਿਦ ਸ਼ਰਾਰਾ। ਇਹ ਪ੍ਰੋਪਰ ਗਰਲਿਸ਼ ਹੈ ਜੀ, ਡਿਜ਼ਾਈਨਰ ਵੀ ਹੈ ਔਰ ਡਿਫਰੈਂਟ ਵੀ ਹੈ। ਆ ਗਈ ਇਹਦੀ ਬੈਕ, ਬੈਕ ਤੇ ਵੀ ਤੁਹਾਨੂੰ ਸੇਮ ਹੈਵੀ ਵਰਕ ਮਿਲੇਗਾ ਹੈਂਡ ਦਾ। ਲਓ ਜੀ ਇਹ ਆਏਗਾ ਸ਼ੋਰਟ ਬਲਾਊਜ਼ ਦੇ ਨਾਲ ਸ਼ਰਾਰਾ, ਕਲਰ ਆਏਗਾ ਡਸਟੀ ਗ੍ਰੀਨ, ਅਤੇ ਫੈਬਰਿਕ ਜਿਹੜਾ ਆਏਗਾ ਪਿਓਰ ਜੋਰਜਟ ਹੈ ਜੀ। ਨਾਲ ਦੁਪੱਟਾ ਦਿਆਂਗੇ ਤੁਹਾਨੂੰ ਚਨੋਨ ਦਾ, ਦੁਪੱਟਾ ਜਿਹੜਾ ਬਹੁਤ ਅੱਛਾ ਬਣਿਆ, ਦੁਪੱਟੇ ਦੀ ਫਿਨਿਸ਼ਿੰਗ ਪ੍ਰੋਪਰ ਹੈਗੀ ਹੈ, ਫੋਰ ਸਾਈਡ ਬਾਰਡਰ ਵੀ ਹੈ ਵਿਦ ਆਲ ਓਵਰ ਸੀਕੁਐਂਸ ਦੀ ਬੂਟੀ ਆਏਗੀ ਸਾਰੇ ਦੁਪੱਟੇ ਦੇ ਵਿੱਚ। ਆਹ ਦੇਖੋ ਆਹ ਨੇੜੇ ਕਰਕੇ ਤੁਹਾਨੂੰ ਦੁਪੱਟਾ ਸ਼ੋਅ ਕਰਦੇ ਹਾਂ, ਪਿਓਰ ਚਨੋਨ ਦਾ ਦੁਪੱਟਾ ਹੈ ਜੀ। ਅਤੇ ਸ਼ੋਰਟ ਬਲਾਊਜ਼ ਦੇ ਨਾਲ ਆਏਗਾ ਸ਼ਰਾਰਾ, ਇਹ ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ ਹੈ, ਕਲਰ ਵੀ ਇੰਗਲਿਸ਼ ਹੈ। ਅਤੇ ਆਈਟਮ ਨੰਬਰ ਹੈਗੀ ਹੈ ਜੀ 7, ਅਤੇ ਰੇਟ ਆ ਗਿਆ 17,800, 17,800। ਆਈਟਮ ਨੰਬਰ 7 ਹੈ ਜੀ। ਲਓ ਜੀ ਨੈਕਸਟ ਆਰਟੀਕਲ ਦੇਖੋ ਜੀ, ਡਰੇਪ ਸਾੜੀ ਦੇ ਵਿੱਚ, ਇਹ ਰੈਡੀ ਟੂ ਵੇਅਰ ਵੈਸਟਰਨ ਲੁੱਕ ਦਾ ਕਨਸੈਪਟ ਆਏਗਾ ਡਰੇਪ ਸਾੜੀ। ਲਓ ਜੀ ਤੁਹਾਨੂੰ ਇਹ ਸ਼ੋਅ ਕਰਦੇ ਆ ਇੰਗਲਿਸ਼ ਕਲਰ ਵਾਲੀ ਪਿਓਰ ਲਾਈਕਰਾ ਤੇ, ਪੂਰਾ ਹੈਵੀ ਬਲਾਊਜ਼ ਹੈ ਨੈੱਟ ਦਾ, ਸਾਰਾ ਹੈਂਡ ਵਰਕ ਦਾ ਨਾ, ਸਾਰਾ ਜੋਲੀ ਵਰਕ ਹੈ, ਬੈਲ ਸਲੀਵਸ ਆਣਗੇ ਤੇ ਫੁੱਲ ਜਾਲ ਵਾਲੇ, ਪੂਰਾ ਬਾਜ਼ੂ ਤੇ ਕੰਮ ਕੀਤਾ, ਜਾਲ ਦੇ ਵਿੱਚ ਵਿਦ ਬਾਰਡਰ ਆਏਗਾ, ਪੂਰਾ ਹੈਵੀ ਬਲਾਊਜ਼ ਆਏਗਾ, ਪਰ ਸੀ ਥਰੂ ਹੈਗਾ, ਅਗਰ ਲਾਈਨਿੰਗ ਆਉਣੀ ਲੱਗ ਜਾਏਗੀ ਹਲਕਾ ਜਿਹਾ ਨਾ, ਉੱਪਰ ਸ਼ੋਲਡਰ ਤੇ ਤੇ ਨੈਕ ਤੇ ਸੀ ਥਰੂ ਹੈ, ਪੂਰੇ ਬਾਜ਼ੂ ਹੈਵੀ ਬਲਾਊਜ਼ ਫਰੰਟ ਔਰ ਬੈਕ ਤੇ, ਨਾਲ ਆਏਗੀ ਡਰੇਪ ਰੈਡੀ ਟੂ ਵੇਅਰ। ਜਿਹੜੀ ਡਰੇਪ ਹੈ ਉਹ ਵੀ ਗ੍ਰੇ ਕਲਰ ਦੇ ਵਿੱਚ ਹੀ ਹੈਗੀ ਲਾਈਕਰਾ ਦੀ, ਇਹਦੇ ਉੱਪਰ ਤੁਹਾਨੂੰ ਸਾਰਾ ਬਾਰਡਰ ਮਿਲੇਗਾ ਹੈਂਡ ਦਾ, ਪੂਰੇ ਫਲੇਅਰ ਦੇ ਉੱਪਰ ਔਰ ਪੂਰੀ ਡਰੇਪ ਦੇ ਉੱਪਰ ਇਸ ਤਰ੍ਹਾਂ ਹੀ ਬਾਰਡਰ ਆਏਗਾ ਸਾਰਾ ਹੈਂਡ ਵਰਕ ਦੇ ਵਿੱਚ। ਇਹ ਰੈਡੀ ਟੂ ਵੇਅਰ ਹੈਗੀ ਡਰੇਪ ਸਾੜੀ ਵਿਦ ਹੈਵੀ ਬਲਾਊਜ਼। ਆਹ ਦੇਖੋ ਆ ਗਈ ਬੈਕ, ਬੈਕ ਵੀ ਹੈਵੀ ਹੈ ਤੇ ਫਰੰਟ ਵੀ ਹੈਵੀ ਹੈ। ਆਹ ਲਓ ਪੂਰਾ ਹੈਵੀ ਬਲਾਊਜ਼ ਮਿਲੇਗਾ ਵਿਦ ਡਰੇਪ ਰੈਡੀ ਟੂ ਵੇਅਰ ਸਾੜੀ ਹੈ ਜੀ। ਵੈਸਟਰਨ ਲੁੱਕ ਦਾ ਕਨਸੈਪਟ ਹੈ, ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ। ਕਲਰ ਆਏਗਾ ਸਿਲਵਰ ਗ੍ਰੇ, ਕੰਮ ਵੀ ਇਹਦਾ ਸਿਲਵਰ ਔਰ ਗੋਲਡ ਦੋਨੋਂ ਮਿਕਸ ਹੈਗਾ। ਅਤੇ ਆਈਟਮ ਨੰਬਰ ਜਿਹੜੀ ਹੈਗੀ ਹੈ ਡਰੇਪ ਸਾੜੀ ਦੀ ਹੈਗੀ ਹੈ 8, ਅਤੇ ਰੇਟ ਆਏਗਾ ਜੀ 18,150, 18,150। ਆਈਟਮ ਨੰਬਰ ਹੈਗੀ ਹੈ 8। ਲਓ ਜੀ ਨੈਕਸਟ ਆਰਟੀਕਲ ਦੇਖੋ, ਅਨਾਰਕਲੀ ਸੁਪਰ ਆਫ ਵਾਈਟ ਆਈਵਰੀ ਕਲਰ ਦੀ ਅਨਾਰਕਲੀ ਆਏਗੀ ਪਿਓਰ ਜੋਰਜਟ ਦੀ। ਕਹਿੰਦੇ ਨੇ ਕਿ ਫੰਕਸ਼ਨ ਹੈਗਾ ਛੋਟਾ ਪਰ ਲਾਈਟ ਵੇਟ, ਆਪਾਂ ਨੂੰ ਡਰੈਸ ਚਾਹੀਦੀ ਹੈ, ਇਹ ਉਹ ਕਨਸੈਪਟ ਹੈਗੇ ਨੇ। ਸਾਰਾ ਪਲ ਵਰਕ ਦਾ ਨਾ ਦਬਕੇ ਦਾ ਨੈੱਕ ਬਣਿਆ ਜੀ, ਪੂਰਾ ਸੋਲਿਡ ਨੈੱਕ ਹੈ, ਰਾਊਂਡ ਬੋਟ ਨੈੱਕ ਆਏਗੀ ਸ਼ੇਪ, ਫੁੱਲ ਕਲੀਆਂ ਵਾਲਾ ਕਨਸੈਪਟ ਹੈ, ਫੁੱਲ ਬਾਜ਼ੂ ਆਣਗੇ ਚਿਕਨਕਾਰੀ ਥਰੈਡ ਦੇ, ਇਸ ਤਰ੍ਹਾਂ ਹੀ ਬੀਡਸ ਦੀ ਫਿਨਿਸ਼ਿੰਗ ਮਿਲੇਗੀ ਬਾਜ਼ੂ ਤੇ, ਤੇ ਪੂਰਾ ਜਾਲ ਬਣਿਆ ਬਾਰਡਰ ਐਂਡ ਬੂਟੀ। ਹੈਵੀ ਨੈੱਕ ਆਏਗਾ, ਕਲੀਆਂ ਜਿਹੜੀ ਸਟਾਰਟ ਹੋ ਜਾਣਗੀਆਂ ਨਾ ਸ਼ੋਲਡਰ ਤੋਂ ਸ਼ੁਰੂ ਹੋ ਜਾਣਗੀਆਂ ਅਨਾਰਕਲੀ ਦੀਆਂ, ਫੁੱਲ ਲੈਂਥ ਅਨਾਰਕਲੀ ਹੈਗੀ ਹੈ ਜੀ ਫੁੱਲ ਕਲੀਆਂ ਦੇ ਵਿੱਚ। ਸਿਰਫ ਇਹਦੇ ਗਲੇ ਤੇ ਬਾਜ਼ੂ ਦੇ ਕੰਮ ਹੈ ਜੀ, ਬਾਕੀ ਸਿੰਪਲ ਹੈ, ਪਲੇਨ ਹੈ, ਸੋਬਰ ਜੈਂਟਰੀ ਲਾਈਟ ਵੇਟ ਅਨਾਰਕਲੀ ਹੈ ਜਾਲ ਦੁਪੱਟੇ ਦੇ ਨਾਲ।
ਆ ਦੇਖੋ ਇਹ ਆ ਗਿਆ ਹੁਣ ਕੈਟਲੁਕ ਵਾਲੇ ਕਨਸੈਪਟ ਆਫ ਵਾਈਟ ਆਈਵਰੀ ਕਲਰ ਦੀ ਪਿਓਰ ਜੋਰਜਟ ਦੀ ਦੁਪੱਟਾ ਦੇਖੋ ਸੁਪਰ ਓਏ ਹੋਏ ਦੁਪੱਟੇ ਦੀ ਗ੍ਰੇਸ ਦੇਖੋ ਪੂਰਾ ਜਾਲ ਹੈ ਜੀ ਚਿਕਨਕਾਰੀ ਦਾ ਫੋਰ ਸਾਈਡ ਬਾਰਡਰ ਵਿਦ ਜਾਲ ਆਏਗਾ ਸਾਰਾ ਥਰੈਡ ਦਾ ਲਾਈਟ ਵੇਟ ਨਾਰਕਲੀ ਵਿਦ ਹੈਵੀ ਦੁਪੱਟਾ ਹੈ ਜੀ ਆਲੋ ਆਲੋ ਕਾਣੀ ਹੈ ਜੀ ਫੁੱਲ ਲੈਂਥ ਨਾਰਕਲੀ ਆਫ ਵਾਈਟ ਫੈਬਰਿਕ ਪਿਓਰ ਜੋਰਜਟ ਹੈ ਆਈਟਮ ਨੰਬਰ ਆਏਗੀ 9 ਤੇ ਰੇਟ ਆਏਗਾ ਜੀ 10,260 10,260 ਆਈਟਮ ਨੰਬਰ 9 ਹੈ ਲਓ ਜੀ ਗੋਟਾ ਪੱਟੀ ਸਰੀ ਕਲਰ ਦੇਖੋ ਗਾਜਰੀ ਪਿੰਕ ਸੁਪਰ ਜੀ ਇਹ ਐਕਚੁਲੀ ਨਾ ਓਨੀਅਨ ਪਿੰਕ ਹੈ ਡਾਰਕ ਓਨੀਅਨ ਪਿੰਕ ਕਲਰ ਆਏਗਾ ਥੋੜਾ ਜਿਹਾ ਵਾਈਨ ਟੋਨ ਤੇ ਹੈਗਾ ਪ੍ਰੋਪਰ ਤੇ ਫੁੱਲ ਸਿਲਕ ਫੈਬਰਿਕ ਹੈ ਫੁੱਲ ਬਾਜ਼ੂ ਆਣਗੇ ਇਸ ਤਰ੍ਹਾਂ ਹੀ ਸੀਕੁਐਂਸ ਹੈ ਜ਼ਰੀ ਦੇ ਵਿੱਚ ਬੈਲ ਬਾਜ਼ੂ ਆਣਗੇ ਪੂਰੇ ਫਲੇਅਰ ਵਾਲੇ ਫੁੱਲ ਸਲੀਵਸ ਹੈਗੇ ਨੇ ਸਲੀਵਸ ਤੇ ਵੀ ਪੂਰਾ ਜਾਲ ਮਿਲੇਗਾ ਹਾਈ ਨੈਕ ਵਾਲਾ ਕਨਸੈਪਟ ਹੈ ਡੋਰੀ ਦੇ ਵਿੱਚ ਇਹਦਾ ਨੈਕ ਸਿਲੇ ਤੇ ਸਟੋਨ ਵਰਕ ਆਏਗਾ ਨਾਲ ਆਏਗੀ ਬੈਲਟ ਬੈਲਟ ਵੀ ਜਿਹੜੀ ਸੇਮ ਫੈਬਰਿਕ ਦੀ ਹੈ ਹੈਂਡ ਵਰਕ ਦੀ ਤੇ ਇਹਦੀ ਵੀ ਇਕੱਲੀਆਂ ਸ਼ੋਲਡਰ ਤੋਂ ਸ਼ੁਰੂ ਜਾਣਗੀਆਂ ਸੋਰੀ ਇਹਦੇ ਵਿੱਚ ਜੁਆਇੰਟ ਆਏਗਾ ਇਹ ਇਕੱਲੀਆਂ ਵਾਲਾ ਕਨਸੈਪਟ ਹੈ ਪੂਰਾ ਜਾਲ ਆਏਗਾ ਯੋਕ ਤੇ ਵੇਸਟ ਤੋਂ ਇਕੱਲੀਆਂ ਸਟਾਰਟ ਹੋ ਜਾਣਗੀਆਂ ਹਰ ਕਲੀ ਦੇ ਵਿੱਚ ਤੁਹਾਨੂੰ ਜਾਲ ਹੈ ਜੀ ਪੂਰਾ ਹੈਵੀ ਲੁੱਕ ਪੀਸ ਹੈਗਾ ਪਰ ਵੇਟ ਨਹੀਂ ਹੈਗਾ ਹੈ ਲਾਈਟ ਵੇਟ ਇਸ ਤਰ੍ਹਾਂ ਹੀ ਬਾਰਡਰ ਦੀ ਫਿਨਿਸ਼ਿੰਗ ਆਏਗੀ ਪੂਰੀ ਸੀਕੁਐਂਸ ਐਂਡ ਪਿੱਟਾ ਜ਼ਰੀ ਦੇ ਵਿੱਚ ਫਰੰਟ ਔਰ ਬੈਕ ਪੂਰੀ ਹੈਵੀ ਹੈ ਜੀ ਸੇਮ ਟੂ ਸੇਮ ਆਏਗੀ ਫਰੰਟ ਔਰ ਬੈਕ ਬੈਕ ਵੀ ਸੋਹਣੀ ਬਣੀ ਹੈ ਫਰੰਟ ਵੀ ਸੋਹਣੀ ਬਣੀ ਹੈ ਕਲਰ ਵੀ ਬਹੁਤ ਪਿਆਰਾ ਬੜਾ ਪਿਆਰਾ ਵਾਈਨਿਸ਼ ਕਲਰ ਆਏਗਾ ਜੀ ਵਾਈਨ ਟੋਨ ਤੇ ਨਾਲ ਕੰਟਰਾਸਟ ਜਿਹੜਾ ਆਏਗਾ ਗ੍ਰੀਨ ਦੁਪੱਟਾ ਜਿਹੜਾ ਹੈਗਾ ਕੰਬੀਨੇਸ਼ਨ ਦੇ ਵਿੱਚ ਸੋਲਿਡ ਬਾਰਡਰ ਮਿਲੇਗਾ ਤੁਹਾਨੂੰ ਇਸ ਤਰ੍ਹਾਂ ਹੀ ਵਾਈਨ ਕਲਰ ਦਾ ਸੇਮ ਵਰਕ ਦਾ ਤੇ ਪੱਲੇ ਪੱਲੇ ਹੈਵੀ ਨੇ ਤੇ ਜਿਹੜਾ ਟੂ ਸਾਈਡ ਬਾਰਡਰ ਹੋਏਗਾ ਲਾਈਟ ਹੋਏਗਾ ਕੰਟਰਾਸਟ ਦੁਪੱਟਾ ਹੈ ਚਨੋਨ ਦਾ ਚਨੋਨ ਦੁਪੱਟੇ 'ਚ ਵੀ ਤੁਹਾਨੂੰ ਬੂਟੀ ਮਿਲੇਗੀ ਗ੍ਰੀਨ ਕਲਰ ਦਾ ਦੁਪੱਟਾ ਆਏਗਾ ਜੀ ਆ ਆਏਗੀ ਫੁੱਲ ਲੈਂਥ ਅਨਾਰਕਲੀ ਵਿਦ ਚਨੋਨ ਦੁਪੱਟਾ ਕਲਰ ਆਏਗਾ ਵਾਈਨ ਤੇ ਫੈਬਰਿਕ ਆਏਗਾ ਸਿਲਕ ਹੈ ਜੀ ਲਾਈਟ ਵੇਟ ਸਿਲਕ ਆਉਂਦੀ ਜਿਹੜੀ ਸਮਰ ਦੀ ਵਿੱਚ ਵਿੰਟਰ ਵੀ ਦੋਨੋਂ ਤਰ੍ਹਾਂ ਚੱਲਦੀ ਹੈ ਜੀ ਆਈਟਮ ਨੰਬਰ ਹੈਗੀ ਹੈ 10 ਤੇ ਰੇਟ ਆਏਗਾ 8830 ਆਈਟਮ ਨੰਬਰ 10 ਹੈ ਜੀ ਫੁੱਲ ਲੈਂਥ ਅਨਾਰਕਲੀ ਲਓ ਜੀ ਨੈਕਸਟ ਆਰਟੀਕਲ ਵੀ ਫੁੱਲ ਲੈਂਥ ਡਰੈਸ ਦੇ ਵਿੱਚ ਹੈ ਪਰ ਡਰੈਸ ਹੈ ਥੋੜੀ ਹੈਵੀ ਕਿਸੇ ਵੀ ਫੰਕਸ਼ਨ ਦੇ ਪਾ ਲਓ ਪਰ ਰੇਟ ਨਹੀਂ ਹੈ ਔਰ ਵੇਟ ਵੀ ਨਹੀਂ ਹੈਗਾ ਕਲਰ ਆਏਗਾ ਮੋਵ ਫੈਬਰਿਕ ਜਿਹੜਾ ਆਏਗਾ ਪਿਓਰ ਚਨੋਨ ਦੇ ਉੱਪਰ ਹੈ ਜੀ ਫੁੱਲ ਸਲੀਵ ਦਿਖਾਣਾ ਤੁਹਾਨੂੰ ਜਿਹੜੇ ਜ਼ਰੀ ਔਰ ਪਿੱਟੇ ਦੇ ਵਿੱਚ ਬਣੇ ਨੇ ਜ਼ਰੀ ਔਰ ਸੀਕਵੈਂਸ ਦਾ ਵਰਕ ਹੈ ਸਾਰਾ ਆਲ ਓਵਰ ਸਲੀਵ ਦੇ ਉੱਪਰ ਬੂਟਾ ਆਏਗਾ ਬੂਟੀ ਆਏਗੀ ਤੇ ਬਾਰਡਰ ਆਏਗਾ ਜੀ ਪੂਰਾ ਯੋਕ ਤੇ ਜਾਲ ਮਿਲੇਗਾ ਸਾਰਾ ਜ਼ਰੀ ਦੇ ਵਿੱਚ ਸਰ ਸੀਕਵੈਂਸ ਦੇ ਵਿੱਚ ਵੀ ਨੈਕ ਆ ਗਿਆ ਫਰੰਟ ਤੋਂ ਵੇਸ ਤੋਂ ਇਹਦੀ ਕਲੀਆਂ ਸਟਾਰਟ ਹੋ ਜਾਣਗੀਆਂ ਹਰ ਕਲੀਆਂ ਦੇ ਵਿੱਚ ਇਸ ਤਰ੍ਹਾਂ ਹੀ ਲਾਈਨਾਂ ਦੇ ਵਿੱਚ ਬੂਟੀ ਆਏਗੀ ਤੇ ਲਾਈਨਾਂ ਆਣਗੀਆਂ ਫਿਨਿਸ਼ਿੰਗ ਬਹੁਤ ਸੋਹਣੀ ਹੈ ਫੈਬਰਿਕ ਦੀ ਸਮਾਰਟ ਫਿਟਿੰਗ ਵਾਲਾ ਫੈਬਰਿਕ ਹੈ ਨੀਚੇ ਬਾਰਡਰ ਮਿਲੇਗਾ ਬਰੋਡ ਸਾਰਾ ਸਿੰਗਲ ਗੋਲਡ ਵਰਕ ਹੈਗਾ ਜੀ ਲਾਈਟ ਮੋਵ ਦੇ ਉੱਪਰ ਨਾ ਪੂਰਾ ਗੋਲਡ ਵਰਕ ਕੀਤਾ ਹੋਇਆ ਸਾਰਾ ਸੋਲਿਡ ਬਾਰਡਰ ਹੈ ਫੁੱਲ ਲੈਂਥ ਡਰੈਸ ਹੈਗੀ ਹੈ ਚਾਹੇ ਦੁਪੱਟੇ ਨਾਲ ਪਾ ਲਓ ਚਾਹੇ ਵਿਦਆਊਟ ਦੁਪੱਟਾ ਪਾ ਲਓ ਆਹ ਦੇਖੋ ਬੈਕ ਵੀ ਕਿੰਨੀ ਪਿਆਰੀ ਹੈ ਡੀਪ ਹੈ ਪਰ ਬੈਕ ਦੇ ਵਿੱਚੋਂ ਵੀ ਤੁਹਾਨੂੰ ਯੋਕ ਤੇ ਵੀ ਔਰ ਪੂਰਾ ਜਾਲ ਮਿਲੇਗਾ ਬੈਕ ਔਰ ਫਰੰਟ ਤੇ ਪ੍ਰੋਪਰ ਹੈਵੀ ਨੂੰ ਕਿਨਾਰ ਕਰੀਏ ਜੀ ਜਿਹੜੇ ਮਰਜ਼ੀ ਫੰਕਸ਼ਨ ਤੇ ਪਾਓ ਵੇਅਰ ਆਉਣ ਵਾਲੀਆਂ ਚੀਜ਼ਾਂ ਨੇ ਕਲਰ ਵੀ ਬਹੁਤ ਬਿਊਟੀਫੁਲ ਹੈ ਅੱਜ ਕੱਲ੍ਹ ਦਾ ਟ੍ਰੈਂਡੀ ਕਲਰ ਹੈ ਨੰਬਰ 1 ਜਾ ਰਿਹਾ ਜੀ ਮੋਵ ਕਲਰ ਤੇ ਦੁਪੱਟਾ ਆਏਗਾ ਨੈਟ ਦਾ ਚਾਰੇ ਪਾਸੇ ਬਾਰਡਰ ਤੇ ਬੂਟੀ ਹੈ ਜੀ ਆਹ ਲੋ ਕਾਣੀ ਹੈ ਜੀ ਫੁੱਲ ਲੈਂਥ ਡਰੈਸ ਦੀ ਆਹ ਲੋ ਫੁੱਲ ਸਲੀਵ ਦੇ ਨਾਲ ਕਲੀ ਆਏਗੀ ਤੇ ਆਈਟਮ ਨੰਬਰ ਹੈਗੀ ਹੈ ਜੀ ਅੱਜ ਦੀ 11 ਤੇ ਰੇਟ ਆਏਗਾ 12,460 12,460 ਆਈਟਮ ਨੰਬਰ 11 ਹੈ ਜੀ ਟੂ ਪੀਸ ਲਹਿੰਗਾ ਚੋਲੀ ਚੋਕਲੇਟ ਬਰਾਊਨ ਓਏ ਹੋਏ ਕਲਰ ਦੇਖੋ ਬੇਜ ਦੇ ਨਾਲ ਨਾ ਚੋਕਲੇਟ ਕਲਰ ਦਾ ਕੰਬੀਨੇਸ਼ਨ ਹੈਗਾ ਪੂਰਾ ਹੈਵੀ ਬਲਾਊਜ਼ ਮਿਲੇਗਾ ਪ੍ਰੋਪਰ ਪਾਰਟੀ ਵੇਅਰ ਦਾ ਟੂ ਪੀਸ ਲਹਿੰਗਾ ਚੋਲੀ ਹੈ ਜੀ ਆਹ ਦੇਖੋ ਪਹਿਲੇ ਤੁਹਾਨੂੰ ਇਹਦਾ ਬਲਾਊਜ਼ ਦਿਖਾਣਾ ਸੇਮ ਵਰਕ ਦਾ ਜਿਹੜਾ ਕੰਮ ਕੀਤਾ ਹੈ ਨਾ ਬੇਜ ਦੇ ਉੱਪਰ ਇਸ ਤਰ੍ਹਾਂ ਬਰਾਊਨ ਵਰਕ ਵੀ ਹੈ ਗੋਲਡ ਵੀ ਹੈ ਸੀਕੁਐਂਸ ਮਿਰਰ ਜ਼ਰੀ ਔਰ ਕੈਫ ਸਰੀਫਸ ਆਣ ਗਿਆ ਦੇਖੋ ਆ ਲਓ ਜੀ ਇਸ ਤਰ੍ਹਾਂ ਹੀ ਨਾ ਬਾਰਡਰ ਬਣਿਆ ਉੱਪਰ ਬੀਟਸ ਆਣਗੇ ਕੈਫ ਸਰੀਫਸ ਆ ਗਏ ਪੂਰਾ ਹੈਵੀ ਬਲਾਊਜ਼ ਆਏਗਾ ਵੀ ਨੈਕ ਦੇ ਉੱਪਰ ਜੋਰਜਟ ਫੈਬਰਿਕ ਹੈ ਤੰਮ ਸਾਰਾ ਹੈਂਡ ਦਾ ਬਲਾਊਜ਼ ਤੇ ਬਾਜ਼ੂ ਨਾਲ ਆਏ ਨੇ ਜਿੰਨੇ ਕਿਉਂਕਿ ਲੱਗ ਜਾਣਗੇ ਦੂਸਰੇ ਲਵਾਉਣੇ ਦੂਸਰੇ ਵੀ ਲੋ ਜਾਣਗੇ ਆਹ ਲਹਿੰਗਾ ਆ ਗਿਆ ਕੰਟਰਾਸਟ ਚੋਕਲੇਟ ਬਰਾਊਨ ਕਲਰ ਦਾ ਇਸ ਤਰ੍ਹਾਂ ਹੀ ਬਾਰਡਰ ਆ ਗਿਆ ਉੱਪਰ ਸਾਰਾ ਹੈਂਡ ਵਰਕ ਦੇ ਨਾਲ ਤੇ ਸੀਕੁਐਂਸ ਵਰਕ ਦਾ ਨਾ ਪੂਰਾ ਜਾਲ ਵਾਲਾ ਲਹਿੰਗਾ ਆਏਗਾ ਜੀ ਫੁੱਲ ਫਲੇਅਰ ਵਿਦ ਕੈਨ ਇਸ ਤਰ੍ਹਾਂ ਹੀ ਬਾਰਡਰ ਤੇ ਬੂਟੀ ਵਾਲੀ ਲਾਈਨਾਂ ਆਣਗੇ ਸਾਰੀ ਆਲ ਓਵਰ ਲਹਿੰਗੇ ਦੇ ਵਿੱਚ ਜੋਰਜਟ ਦਾ ਬੈਕ ਇਸ ਤਰ੍ਹਾਂ ਡੀਪ ਆਏਗੀ ਸਿਰਫ ਬੈਲਟ ਵਾਲਾ ਪੋਰਸ਼ਨ ਆਏਗਾ ਪੂਰਾ ਹੈਵੀ ਬਲਾਊਜ਼ ਹੈ ਫਰੰਟ ਔਰ ਬੈਕ ਤੋਂ ਫੁੱਲ ਫਲੇਅਰ ਵਾਲਾ ਲਹਿੰਗਾ ਆਏਗਾ ਜੀ ਪਿਓਰ ਜੋਰਜਟ ਦਾ ਕੰਟਰਾਸਟ ਬੇਜ ਇਨ ਟੂ ਚੋਕਲੇਟ ਬਰਾਊਨ ਤੇ ਵਿਦ ਕੈਨ ਕੈਨ ਆਏਗਾ ਜੀ ਦੁਪੱਟਾ ਆਏਗਾ ਨੈਟ ਦਾ ਜਿਹੜਾ ਦੁਪੱਟਾ ਆਏਗਾ ਉਹ ਵੀ ਕੰਟਰਾਸਟ ਬਾਰਡਰ ਦੇ ਨਾਲ ਹੀ ਮਿਲੇਗਾ ਤੁਹਾਨੂੰ ਚਾਰੇ ਪਾਸੇ ਬਾਰਡਰ ਬਣਿਆ ਸੇਮ ਕਲਰ ਦਾ ਚੋਕਲੇਟ ਕਲਰ ਦਾ ਹੀ ਦੁਪੱਟਾ ਜੀ ਇਹ ਆਏਗਾ ਪਾਰਟੀ ਵੇਅਰ ਲੁੱਕ ਦਾ ਲਹਿੰਗਾ ਚੋਲੀ ਹੈ ਟੂ ਪੀਸ ਚਾਹੇ ਵਨ ਪੀਸ ਬਣਾ ਲਓ ਅਟੈਚ ਕਰਕੇ ਦੋਨੋਂ ਹੀ ਤਰ੍ਹਾਂ ਵੇਅਰ ਹੁੰਦਾ ਜੀ ਆਹ ਲਓ ਜੀ ਆਹ ਲੋਕ ਕਹਾਣੀ ਹੈ ਜੀ ਲਹਿੰਗਾ ਚੋਲੀ ਦੀ ਆਈਟਮ ਨੰਬਰ ਹੈਗੀ ਹੈ 12 ਤੇ ਰੇਟ ਆਏਗਾ 13,200 13,200 ਆਈਟਮ ਨੰਬਰ 12 ਹੈ
लो जी प्रिंटेड और लाइट वेट समर दी जा स्पेशल आइटमा जेडे कहंदे कि फंक्शन है कि ने समर दे पर लाइट वेट लहंगा चोली चाहिए सिंपल भी होवे और सोबर भी होवे पूरा सीक्वेंस दा ब्लाउज है ग्रे कलर दा जी हैवी सारा कटदा ना और सीक्वेंस दे विच हल्या पर स्टाइलिश है डिजाइनर है गर्लिश है इस तरह ही रफल वाले कैप स्लीव्स आ जाएंगे देखो ना ऑफ शोल्डर दे विच सेम प्रिंटेड चनौन दे उपर जेड़ा लहंगा बने ना उदा ही फैब्रिक यूज किया बाजू लई पूरा हैवी ब्लाउज आएगा फ्रंट और बैक तो आ गया लहंगा लहंगे का सीक्वेंस की बेल्ट आएगी सेम कलर की प्रिंटेड आएगा क्रेप का लहंगा इस तरह डिजिटल प्रिंटिंग ना विद सीक्वेंस की हाईलाइटिंग आएगी फुल ऑल ओवर प्रिंटेड लहंगा है ये जी मतलब कि लड़कियां आके मंगदी सानू लहंगा चोली हैवी हो लहंगा सिंपल हो प्रिंटेड वह भी चलेगा ये कंसैप्ट है आ गया बैक ब्लाउज की बैक भी इस तरह वी नैक के पूरा ऑल ओवर वर्क है ब्लाउज के उपर भी विद प्रिंटेड लहंगा फैब्रिक आएगा क्रेप जिहड़ा कलर आएगा वह ग्रे है स्टील ग्रे कलर है जी लाइट वेट सोबर जेंटली लहंगा दुपट्टा आएगा ना नैट का एक टू पीस है जी लहंगा और चोली प्रिंटेड लहंगा आएगा इस तरह देखो डिजिटल प्रिंटिंग तुहानू नेड़े करके शो कर दे बड़ा ही अच्छी सैल्फ मैचिंग प्रिंटिंग हैगी दुपट्टा आ गया स्कैल्पिंग सीकुएंस वर्क का ना सेम ग्रे कलर का ही दुपट्टा जी आ लुक आने जी टू पीस लहंगा चोली प्रिंटेड दे विच हैवी ब्लाउज ते आइटम नंबर हैगी है 13 और रेट आएगा 16,020 आइटम नंबर 13 है जी लेर दिया करो बार आ लो जी रस्ट ऑरेंज कलर मिरर वर्क ये ना डिजाइन साडे कोल बहुत हिट जा रहा है क्योंकि ये लाइट वेट भी है ओरिजिनल प्राइस दे विच सुपर वर्क है इहदा पूरा देखो बाजू दे ना इस तरह ही बॉर्डर बने ने और जाल बने है सीक्वेंस थ्रेड मिरर दबका सारा मिक्स वर्क है और कंट्रास्ट जेड़ा है ना पीच कलर दे उपर रस्ट कलर दे इस तरह ही पैच लगा के वर्क किया सारा हैंड वर्क मिरर दे नाल सॉलिड बॉर्डर है मतलब शॉर्ट स्लीव्स आएंगे पूरे बाजू हैवी सब है सच घट इहदी चोली आएगी चोली जेड़ी हैगी है पूरी मिरर वर्क दी ते हैंड वर्क दी इस तरह यू शेप आएगी नीचो पूरा हैवी ब्लाउज है स्टैप तो भी फ्रंट तो भी और बैक तो भी पूरी हैवी बैक मिलेगी नाल आएगा लहंगा जॉर्जेट दा लहंगा जेड़ा हैगा उस प्लेट्स वर्क वाला है प्लेटा वाली कलिया फुल कलिया दे विच इस तरह जरी और सीक्वेंस दा वर्क मिलेगा तुहानू लाइना विद बूटी आएगी नाल सॉलिड बॉर्डर आएगा सारा जरी पिटे दा आ देखो ना नीचे फिनिशिंग हैगी लेस दे नाल पूरी फिनिशिंग हैगी जी पीस दी आ लो आ लुक देखो नेड़े करके प्योर जॉर्जेट दा रस्ट कलर एंड पीच दा कॉम्बीनेशन हैगा अल्टीमेट कॉम्बीनेशन है पूरा फ्लेयर वाला लहंगा विद कैन तुहानू घुमा के दिखावांगे पहले बैक दिखा दिए आ बैक देखो किन्नी प्यारी है प्रोपर स्टिचिंग आर्ट है जी गर्लिश और डिजाइनर दे विच मिलेगा एक कंसैप्ट तुहानू आ नेट दूर करके ना देखो पूरा फ्लेयर वाला कंसैप्ट है प्रोपर पार्टी वेयर वाली आइटम है कलर भी डिफरेंट है और वर्क भी अच्छा है लो जी आ लुक आनी है जी टू पीस लहंगा चोली कलर आएगा रस्ट एंड पीच दा कॉम्बीनेशन है ते नाल दुपट्टा आएगा नेट दा दुपट्टा जेड़ा आएगा वो लाइट पिंक कलर दा दुपट्टा है चारे पासे बॉर्डर ते विद बूटी ऑल ओवर फैब्रिक जेड़ा आएगा प्योर जॉर्जेट है जी आ लो कहानी है जी पीस दी टू पीस लहंगा चोली आइटम नंबर हैगी है 14 रेट आएगा 16,910 16,910 आइटम नंबर हैगी है 14 लो जी डार्क फालसा पर्पल ये हैगा जी साड़ी लाचा ड्रेस लाइट वेट और पार्टी वेयर फैब्रिक प्योर जॉर्जेट है ये की एक्चुअली ना कैन थोड़ी जी लाइट होंगी है अगर आप हैवी लवानी है तो फुल फ्लेयर बन जाएगा फ्लेयर ओना ही होंगे पर यह है कुर्ती स्टाइल हाई नैक वाला कंसैप्ट है सारा जरी और मिरर के डोरी के सिले बाजू लगे ने फुल लेंथ फुल स्लीव वर्क वाले आएंगे इस तरह बॉर्डर विद जाल ते पूरी शर्ट आएगी इस तरह जाल वाली ना विद पैनल बने बॉर्डर का मिरर का बेल्ट आ गई नाल सेम वर्क वाली बेल्ट है जी सेम जॉर्जेट की सेंटर कट आएगा ये शॉर्ट शर्ट स्टाइल जी है ना टम्मी कवर वाली चोली कहते हैं आपां नूं पूरा नीचे आएगा लहंगा लहंगा आएगा जॉर्जेट का ऑल ओवर बूटी है जी लहंगे दे विच प्योर जॉर्जेट का लहंगा जी फुल फ्लेयर हल्की जी कैन भी एड की हुई है ते नाल बॉर्डर की फिनिशिंग आएगी डोरी और इस तरह ही सारा जरी दे विच आ लो जी लाइट वेट है जी और पार्टी वेयर है कलर आएगा ब्राइट डार्क फालसा फैब्रिक प्योर जॉर्जेट है आ गई दी बैक बैक भी सेम है और फ्रंट भी अच्छी बनी हुई है फ्रंट थोड़ी हैवी है बैक लाइट आएगी क्योंकि पार्टी वेयर ना सोहने लगते हैं पाए कंसैप्ट डिजाइनर भी है डिफरेंट भी है और दुपट्टा आएगा नैट का दुपट्टा जेड़ा है चारे पासे बॉर्डर से हल्के हल्के तुहानू मिरर मिलणगे दुपट्टे दे विच आ लो जी आ गई जी टम्मी कवर शॉर्ट कुर्ती स्टाइल शर्ट हैगी है ते नाल आएगा लहंगा लाचा ड्रेस जिहनूं आपां कह दिंदे आ आइटम नंबर हैगी है 15 ते रेट आ गया जी 10,260 10,260 आइटम नंबर 15 है मेहंदी कलर लो जी तुहानू कलर जेड़े दिखा रहे ना जी ये जेड़े सोच तो परे ही ने जी डिजाइनर दे कलर्स ने देखो कलर मैचिंग अपना सोच नहीं सकते ऑल्टर नैक वाला ब्लाउज है पूरा हैवी फैब्रिक एदा सिल्क आएगा मिडल पोर्शन जेड़ा आएगा ब्लाउज का ना वह गाजरी कलर का
पीच गाजरी कलर दा इहदा पूरा इस तरह कंट्रास्ट ब्लाउज बनया साइड तो इस तरह मेहंदी आएगा पूरा जाल दबके दे विच ते हैंडवर्क दे विच ते बॉर्डर दी इस तरह फिनिशिंग आएगी वेस्ट तो सारा हैंडवर्क विद बीट्स आणगे नलकियां वाले विद हैंगिंग और मोती लगे ने पूरा हैवी ब्लाउज आएगा फ्रंट और बैक बाजू लवाने नाल लग जाणगे जिन्ने कहोगे नाल लहंगा आ गया जॉर्जेट दा लहंगा जिहड़ा सेल्फ मैचिंग वाला है सारा ऑल ओवर जाल है थ्रेड और सीक्वेंस दे विच आलो मेहंदी कलर दे विच ना कंट्रास्ट गाजरी दा कॉम्बीनेशन है नीड सीक्वेंस एंड थ्रेड दी मैचिंग है सारा टोन टू टोन लाइट गोल्ड एंटीक एंड सिल्वर दोनों मिक्स होंगे जी आगे दी बैक जेड़ी है वो डिजाइनर है चोली दी क्योंकि गर्लिश है थोड़ा डिफरेंट है कट स्टाइल भी अलग है बैक भी बहुत सोहनी बनी है हाई नैक दे विच ना थोड़ी डीप है अगर कहोगे तो कवर करा देंगे वी नैक आएगा सेम ही बॉर्डर आएगा हैंड का प्रोपर हैवी लुक लहंगा चोली है जी आ लो उन्होंने खड़े होकर दिखाने जी लहंगे की लुक सुपर है जी कलर भी नाइस है ते दुपट्टा मिलेगा तुहानू ऑर्गेंजा दा काम आएगा हैंड दा फुल फ्लेयर वाला लहंगा मेहंदी ते फैब्रिक प्योर जॉर्जेट है ते कलर आएगा मेहंदी दुपट्टा ऑर्गेंजा विद बॉर्डर मिरर दा चारे पासे बॉर्डर है जी ते ऑल ओवर बूटी आएगी जी दुपट्टे दे विच आ लो कहानी है जी पीस दी सुपर है जी आइटम नंबर हैगी है 16 टू पीस लहंगा चोली ते रेट आएगा 21,360 21,360 आइटम नंबर हैगी है 16 समर दी स्पेशल आइटम लहंगा चोली प्रिंटेड हैवी ब्लाउज जॉर्जेट दा लाइट गोल्ड कलर दा इहदा ब्लाउज आएगा जी ते कम जिहड़ा मिलेगा तुहानू हैंड दा हैंड भी है जिहड़ा लाइनां दे विच इस तरह मल्टी कलर है पर पेस्टल कलर यूज कीते ने बड़ी अच्छी फिनिशिंग है ते बड़ी अच्छी लुक है कलर मैचिंग जिहड़ी आएगी प्रिंटेड दे उपर लहंगे दी ना उस मतलब ओहदे ही मैचिंग दे नाल तुहानू वर्क मिलेगा सारा मैचिंग दे विच लहंगे दी बेल्ट जिहड़ी आएगी इस तरह हैंडवर्क दी ते प्लेटां वाला लहंगा प्लेट्स वर्क वाला फुल फ्लेयर वाला जॉर्जेट प्रिंटेड लहंगा आएगा फ्लोरल प्रिंटिंग आएगी थोड़ी जी बिग फ्लोर प्रिंटिंग हैगी है इस तरह ही देखो ना कलर मैचिंग पिंक है ग्रीन है और मोर बने होंगे प्रॉपर इस तरह प्रिंटिंग दे विच सारे पीकॉक बने हुए ने आ देखो जी बैला पांदे मोर मिलणगे नाल पूरा हैवी ब्लाउज आएगा कट स्टाइल हल्का जिहा कट है जी भी पूरे नाल मतलब लहंगे का फ्लेयर भी मिलेगा तुहानू और फैब्रिक भी फाइन मिलेगा ਇਹ ਹੈਗੇ ਨੇ ਪ੍ਰੋਪਰ ਡਿਜ਼ਾਈਨਰ ਔਰ ਗਰਲਿਸ਼ ਔਰ ਬੁਟੀਕ ਸਟਾਈਲ ਜਿੱਦਾਂ ਕਹਿੰਦੇ ਨਾ ਕਿ ਪਾਰਟੀ ਫੰਕਸ਼ਨ ਹੈਗਾ ਪਰ ਕਲਰਫੁਲ ਚਾਹੀਦਾ ਸੁਪਰ ਹੈ ਜੀ ਇਹ ਲਾਈਟ ਕਲਰ ਦੇ ਉੱਪਰ ਬੜੀ ਸੋਹਣੀ ਕਲਰ ਮੈਚਿੰਗ ਦੀ ਪ੍ਰਿੰਟਿੰਗ ਹੈ ਮਲਟੀ ਕਲਰ ਪ੍ਰਿੰਟਿੰਗ ਆ ਲਓ ਜੀ ਆ ਦੇਖੋ ਪੂਰਾ ਹੈਵੀ ਬਲਾਊਜ਼ ਫਰੰਟ ਔਰ ਬੈਕ ਤੇ ਨਾਲ ਦੁਪੱਟਾ ਆਏਗਾ ਨੈੱਟ ਦਾ ਦੁਪੱਟਾ ਜਿਹੜਾ ਲਾਈਟ ਵੇਟ ਹੈ ਸਿਰਫ ਸਲੀਕ ਜਾਂ ਬਾਰਡਰ ਮਿਲੇਗਾ ਦੁਪੱਟੇ ਵਿੱਚ ਕਲਰਫੁਲ ਲਹਿੰਗਾ ਆ ਗਿਆ ਵਿਦ ਹੈਂਡਵਰਕ ਵਾਲੀ ਚੋਲੀ ਆ ਲਓ ਆ ਆ ਗਈ ਜੀ ਆਈਟਮ ਨੰਬਰ 17 ਟੂ ਪੀਸ ਲਹਿੰਗਾ ਚੋਲੀ ਦੀ ਤੇ ਰੇਟ ਆਏਗਾ 19,580 19,580 आइटम नंबर 17 है ब्लैक एंड वाइट लो जी प्योर चनौन दा लहंगा है पर प्रिंटेड लुक दे विच है जिहड़ा ब्लाउज है ना इहदा सारा स्टिचिंग आर्ट देखना प्लेट लुक वाला स्टिचिंग आर्ट हैगा इस तरह प्लेटां दे विच स्टिचिंग आर्ट आएगा कलर मैचिंग आएगी वाइट इनटू ब्लैक इस तरह कैप स्लीव्स लगे ने हैंडवर्क दे कटवर्क दे विच सारा सीक्वेंस और कटदाना और पल दे नाल सिलिया होया जी ਪੂਰਾ ਇਸ ਤਰ੍ਹਾਂ ਹੀ ਬਲਾਊਜ਼ ਆਏਗਾ ਸਾਰਾ ਬਾਰਡਰ ਬਣਿਆ ਸਾਈਡ ਤੇ ਇਸ ਤਰ੍ਹਾਂ ਵੇਸਟ ਤੋਂ ਲੈ ਕੇ ਨਾ ਸ਼ੋਲਡਰ ਤੱਕ ਸਾਰਾ ਹੈਂਡਵਰਕ ਆਏਗਾ ਤੇ ਮਿਡਲ ਪੋਰਸ਼ਨ ਹੈ ਜਿਹੜਾ ਯੋਕ ਵਾਲਾ ਉਹ ਪ੍ਰਿੰਟਡ ਹੋਏਗਾ ਉਹ ਨਾਲ ਆਣਗੇ ਲਟਕਨਸ ਆ ਦੇਖੋ ਨਾ ਸੇਮ ਫੈਬਰਿਕ ਦੇ ਹੈਂਡਵਰਕ ਦੇ ਸੇਮ ਫੈਬਰਿਕ ਦੇ ਨਾ ਇਸ ਤਰ੍ਹਾਂ ਹੀ ਬੀਟਸ ਆਣਗੇ ਲਟਕਨ ਆਣਗੇ ਜੀ ਬੜੀ ਅੱਛੀ ਫਿਨਿਸ਼ਿੰਗ ਹੈ ਪ੍ਰੋਪਰ ਹੈਵੀ ਚੋਲੀ ਹੈ ਪਰ ਗਰਲਿਸ਼ ਹੈ ਕਿਉਂਕਿ ਪ੍ਰਿੰਟਡ ਦੀ ਕਲਰ ਮੈਚਿੰਗ ਹੈ ਨਾ ਵਾਈਟ ਔਰ ਬਲੈਕ ਦੀ ਉਹ ਡਿਫਰੈਂਟ ਹੀ ਲੱਗਦਾ ਪਾਇਆ ਆ ਗਿਆ ਤਾਂ ਲਹਿੰਗਾ ਆਏਗਾ ਚਨੌਨ ਦਾ ਇੱਕ ਕਲੀ ਜਿਹੜੀ ਮਿਲੇਗੀ ਤੁਹਾਨੂੰ ਇਸ ਤਰ੍ਹਾਂ ਹੀ ਪ੍ਰਿੰਟਡ ਦੇ ਵਿੱਚ ਹੈ ਤੇ ਇੱਕ ਕਲੀ ਪਲੇਨ ਹੈ ਪਰ ਵਿਦ ਬੂਟੀ ਆਏਗੀ ਰੁਕ ਜਾ ਤੁਹਾਨੂੰ ਨੇੜੇ ਕਰਕੇ ਬੂਟੀ ਦਿਖਾਉਂਦੇ ਹਾਂ ਹੈਂਡਵਰਕ ਦੀ ਨਾ ਥਰੈਡਵਰਕ ਦੀ ਬੂਟੀ ਆਏਗੀ ਇੱਕ ਕਲੀ ਪਲੇਨ ਹੈ ਤੇ ਇੱਕ ਪ੍ਰਿੰਟਡ ਹੈ ਇਸ ਤਰ੍ਹਾਂ ਹੀ ਕੰਬੀਨੇਸ਼ਨ ਹੈ ਨਾਲ ਬਾਰਡਰ ਦੇ ਲੇਸੀ ਦੀ ਫਿਨਿਸ਼ਿੰਗ ਬੜੀ ਅੱਛੀ ਹੈ ਲਾਈਟ ਵੇਟ ਲਹਿੰਗਾ ਹੈ ਜੀ ਆ ਦੇਖੋ ਨਾ ਲੁੱਕ ਤੁਹਾਨੂੰ ਲੱਗ ਰਹੀ ਹੈਵੀ ਪਰ ਵੇਟ ਨਹੀਂ ਹੈਗਾ ਕਲਰ ਮੈਚਿੰਗ ਦੇ ਉੱਪਰ ਗੱਲਬਾਤ ਹੈ ਸਾਰੀ ਪੂਰੀ ਬੈਕ ਬਲਾਊਜ਼ ਦੀ ਵੀ ਹੈਵੀ ਬਣੀ ਹੈ ਤੇ ਫਰੰਟ ਵੀ ਸੋਹਣਾ ਬਣਿਆ ਹੈਵੀ ਬਲਾਊਜ਼ ਦੇ ਨਾਲ ਆਏਗਾ ਪ੍ਰਿੰਟਡ ਲਹਿੰਗਾ ਔਰ ਦੁਪੱਟਾ ਦੇਖੋ ਸੁਪਰ ਹੈ ਜੀ ਚੌਕਰ ਸਟਾਈਲ ਦੁਪੱਟਾ ਆਏਗਾ ਬਟਰਫਲਾਈ ਦੁਪੱਟਾ ਹੈ ਜੀ ਡਿਜ਼ਾਈਨਰ ਹੀ ਦੁਪੱਟਾ ਹੈ ਇਸ ਤਰ੍ਹਾਂ ਹੀ ਬਲੈਕ ਐਂਡ ਵਾਈਟ ਦੇ ਵਿੱਚ ਕਲੀਆਂ ਦੇ ਵਿੱਚ ਨਾ ਪਿਓਰ ਜੋਰਜਟ ਦਾ ਦੁਪੱਟਾ ਆਏਗਾ ਚਾਰੇ ਪਾਸੇ ਬਾਰਡਰ ਵਿਦ ਟਸਲਸ ਆਣਗੇ ਅਲਟੀਮੇਟ ਹੈ ਜੀ ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ ਲਓ ਆ ਲੋ ਕਹਾਣੀ ਹੈ ਜੀ ਸੁਪਰ ਜਿਹੜਾ ਵੀਡੀਓ 'ਚ ਇੰਨਾ ਅੱਛਾ ਲੱਗ ਰਿਹਾ ਅਤੇ ਪਾਇਆ ਹੋਇਆ ਹੋਰ ਸੋਹਣਾ ਲੱਗਣਾ ਜੀ ਇਹ ਕਲਰ ਹੈਗਾ ਵਾਈਟ ਇੰਟੋ ਬਲੈਕ ਅਤੇ ਫੈਬਰਿਕ ਪਿਓਰ ਚਨੌਨ ਆਏਗਾ ਜੀ ਨਾਲ ਆਏਗਾ ਬਟਰਫਲਾਈ ਦੁਪੱਟਾ ਆਈਟਮ ਨੰਬਰ ਹੈਗੀ ਹੈ 18 ਰੇਟ ਆਏਗਾ 17,800 ਜੀ 17,800 ਆਈਟਮ ਨੰਬਰ 18 ਨੈਕਸਟ ਆਰਟੀਕਲ ਵੀ ਪ੍ਰਿੰਟਡ ਹੈ ਕਿਉਂਕਿ ਸਮਰ ਹੈ ਨਾ ਸਾਡੀ ਕੋਸ਼ਿਸ਼ ਇਹੀ ਹੈ ਕਿ ਤੁਹਾਨੂੰ ਲਾਈਟ ਵੇਟ ਔਰ ਡਿਜ਼ਾਈਨਰ ਦਿਖਾਈਏ ਔਰ ਰੀਜਨਲ ਵੀ ਹੋਣ ਅਤੇ ਹੈਵੀ ਲੁੱਕ ਵੀ ਹੋਣ ਅਤੇ ਅੱਛੇ ਵੀ ਲੱਗਣ ਪਾਰਟੀ ਵੇਅਰ ਦੇ ਵਿੱਚ ਪਏ ਹੋਏ ਲਓ ਜੀ ਬਲਾਊਜ਼ ਦਿਖਾਉਣਾ ਪੂਰਾ ਹੈਵੀ ਬਲਾਊਜ਼ ਹੈ ਸਾਰਾ ਕੰਟਰਾਸਟ ਜ਼ਰਾ ਪਿੰਕ ਦੇ ਉੱਪਰ ਨਾ
ਮਜ਼ੈਂਟਾ ਵਰਕ ਆਏਗਾ ਤੇ ਲਾਈਟ ਗੋਲਡ ਵਰਕ ਆਏਗਾ। ਸੀਕੁਐਂਸ ਦੀ ਆਲ ਓਵਰ ਬੋਟੀ ਹੈ ਸਿਲਕ ਦੇ ਉੱਪਰ, ਸਾਰਾ ਸੈਕਾਟਿਡ ਜਾਲ ਮਿਲੇਗਾ ਸੱਭੇ ਸਾਚੀ ਚੋਲੀ ਦੇ ਉੱਪਰ, ਪੂਰਾ ਹੈਵੀ ਬਲਾਊਜ਼ ਹੈ, ਨਾਲ ਆਏਗਾ ਜਾਰਜਟ ਦਾ ਲਹਿੰਗਾ, ਲਹਿੰਗਾ ਜਿਹੜਾ ਬਾਂਧਨੀ ਪ੍ਰਿੰਟ ਆਏਗੀ ਸਾਰੀ ਨੀਚੇ ਤੇ ਉੱਪਰ ਆਏਗੀ ਸੀਕੁਐਂਸ ਦੀ ਟਚਿੰਗ ਸਾਰੀ ਆਲ ਓਵਰ। ਬਾਂਧਨੀ ਪ੍ਰਿੰਟ ਵਾਲਾ ਲਹਿੰਗਾ ਆਏਗਾ ਪਿਓਰ ਜਾਰਜਟ ਦਾ ਵਿਦ ਹੈਂਡ ਵਰਕ, ਐਂਡ ਹੈਂਡ ਵਰਕ ਦੀ ਤੁਹਾਨੂੰ ਨੀਚੇ ਬਾਰਡਰ ਮਿਲੇਗਾ ਜੀ, ਫੁੱਲ ਫਲੇਅਰ ਦੇ ਉੱਪਰ ਸਾਰਾ ਮਿਰਰ ਦਾ ਬਾਰਡਰ ਹੈ, ਫੁੱਲ ਫਲੇਅਰ ਦਾ ਲਹਿੰਗਾ ਹੈ। ਇਹ ਕੰਟਰਾਸਟ ਹੈਗਾ ਜੀ ਪਿੰਕ ਦੇ ਨਾਲ, ਨਾ ਡਾਰਕ ਮਜੈਂਟਾ ਦਾ ਕੰਬੀਨੇਸ਼ਨ ਆਏਗਾ। ਆ ਗਈ ਇਹਦੀ ਬੈਕ, ਬੈਕ ਵੀ ਇਸ ਤਰ੍ਹਾਂ ਹੀ ਵੀ ਨੈਕ ਬਣਿਆ ਤੇ ਆਲ ਓਵਰ ਸਕੈਟਰਡ ਵਿਦ ਮਿਰਰ ਆਣਗੇ ਵਿਦ ਡੋਰੀ ਲਟਕਣ। ਲਓ ਜੀ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਪ੍ਰੋਪਰ ਪਿਕਚਰ ਇਹਦੀ। ਲਓ ਕੰਟਰਾਸਟ ਹੈਵੀ ਬਲਾਊਜ਼ ਪਿੰਕ ਕਲਰ ਦਾ, ਸਿਲਕ ਦਾ ਬਲਾਊਜ਼ ਹੈ ਤੇ ਜਾਰਜਟ ਦਾ ਲਹਿੰਗਾ ਆਏਗਾ ਜੀ ਫੁੱਲ ਫਲੇਅਰ ਵਾਲਾ ਵਿਦ ਕੈਨਕੈਨ, ਬਾਂਧਨੀ ਪ੍ਰਿੰਟਿੰਗ ਤੇ ਸੀਕੁਐਂਸ ਦੀ ਟਚਿੰਗ ਆਏਗੀ ਸਾਰੀ ਆਲ ਓਵਰ ਲਹਿੰਗੇ ਦੇ ਵਿੱਚ। ਹਲਕੀ ਜਿਹੀ ਗਲਿਟਰਿੰਗ ਮਿਲੇਗੀ ਕਿਉਂਕਿ ਪਾਰਟੀ ਵੇਅਰ ਹੈ ਨਾ, ਤੇ ਥੋੜਾ ਜਿਹਾ ਹੈਂਡ ਵਰਕ ਹੋਵੇ ਨਾ ਤੇ ਬਹੁਤ ਸੋਹਣਾ ਲੱਗਦਾ ਪਾਇਆ। ਦੁਪੱਟਾ ਜਿਹੜਾ ਆਏਗਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਜੀ, ਸਾਰੀ ਨਿੱਕੀ ਨਿੱਕੀ ਬੂਟੀ ਹੈ ਜੀ ਦੁਪੱਟੇ 'ਚ, ਆਲ ਓਵਰ 'ਚ ਬੇਬੀ ਪਿੰਕ ਕਲਰ ਦਾ ਦੁਪੱਟਾ ਹੋਏਗਾ ਪਿਓਰ ਔਰਗੈਂਜ਼ਾ ਦਾ, ਤੇ ਜਿਹੜਾ ਬਾਰਡਰ ਆਏਗਾ ਲੇਸਿਸ ਵਾਲਾ ਮਿਰਰ ਦਾ ਬਾਰਡਰ ਹੈ, ਫੋਰ ਸਾਈਡ ਬਾਰਡਰ ਮਿਲੇਗਾ। ਲੁੱਕ ਹੈਵੀ ਹੈ ਔਰ ਵੇਟ ਨਹੀਂ ਹੈ ਤੇ ਨਾ ਰੇਟ ਹੈ। ਆਹ ਲੋਕ ਕਹਾਣੀ ਹੈ ਜੀ, ਟੂ ਪੀਸ ਲਹਿੰਗਾ ਚੋਲੀ ਬਾਂਧਨੀ ਪ੍ਰਿੰਟਿੰਗ ਵਾਲਾ ਤੇ ਹੈਵੀ ਬਲਾਊਜ਼ ਹੈ। ਆਈਟਮ ਨੰਬਰ ਹੈਗੀ ਹੈ 19, ਰੇਟ ਆਏਗਾ 18,160, 18,160, ਆਈਟਮ ਨੰਬਰ 19 ਹੈ। ਲਓ ਜੀ ਸਾਡੀ ਲਾਸਟ ਆਈਟਮ ਤੇ ਬੰਪਰ ਰੈਡੀ ਟੂ ਵੇਅਰ ਸਾੜੀ, ਆਹ ਲਓ ਇਹ ਹੈਗੀ ਐਕਚੁਅਲੀ ਵੈਸਟਰਨ ਲੁੱਕ ਦਾ ਕਨਸੈਪਟ ਹੈਗਾ ਪਰ ਹੈ ਪ੍ਰੋਪਰ ਗਰਲਿਸ਼, ਜਿਹੜੇ ਕਿ ਤੁਸੀਂ ਮੂਵੀਜ਼ ਦੇ ਵਿੱਚ ਜਾਂ ਦੇਖਦੇ ਨਾ ਫੈਸ਼ਨ ਸ਼ੋਅ ਦੇ ਵਿੱਚ ਰੈਡੀ ਟੂ ਵੇਅਰ ਸਾੜੀ ਜਾਂਦੀ ਹੈ, ਪਰ ਡਿਜ਼ਾਈਨਰ ਔਰ ਵੈਸਟਰਨ ਲੁੱਕ ਵਾਲੀ। ਪੂਰਾ ਹੈਵੀ ਬਲਾਊਜ਼ ਹੈ, ਲਾਈਟ ਪਿੰਕ ਕਲਰ ਦਾ ਬਲਾਊਜ਼ ਆਏਗਾ ਇਹਦਾ, ਪਰ ਹੈ ਤਾਂ ਮਲਟੀ ਕਲਰ ਦੇ ਵਿੱਚ। ਇਸ ਤਰ੍ਹਾਂ ਹੀ ਸਟੈਪ ਲੁੱਕ ਵਾਲਾ ਬਲਾਊਜ਼ ਹੈਗਾ ਪਰ ਹੈਂਡ ਵਰਕ ਮਿਲੇਗਾ, ਅਗਰ ਸਟੈਪ ਨਹੀਂ ਚਾਹੀਦੇ ਚੋੜੇ ਕਰਕੇ ਆਪਾਂ ਨੂੰ ਵਰਕ ਕਰਕੇ ਬਾਜ਼ੂ ਵੀ ਲੱਗ ਜਾਂਦੇ ਜਿੰਨੇ ਕਹੋਗੇ। ਇਸ ਤਰ੍ਹਾਂ ਇੱਕ ਵੀ ਕੱਟ ਆ ਗਿਆ, ਹਲਕਾ ਜਿਹਾ ਡੀਪ ਹੋਏਗਾ ਪਰ ਕੋਈ ਨਹੀਂ ਕਵਰ ਕਰ ਸਕਦੇ ਆ। ਪੂਰਾ ਮਿਰਰ ਵਰਕ ਹੈ ਜੀ, ਕੰਟਰਾਸਟ ਇਸ ਤਰ੍ਹਾਂ ਹੀ ਕਲਰ ਮੈਚਿੰਗ ਮਿਲੇਗੀ, ਪਿੰਕ ਔਰੇਂਜ ਕਲਰ ਦੀ ਤੇ ਸਕਾਈ ਬਲੂ ਕਲਰ ਦੀ ਮੈਚਿੰਗ। ਪੂਰਾ ਹੈਵੀ ਮਿਰਰ ਵਰਕ ਦਾ ਬਲਾਊਜ਼ ਹੈ, ਫਰੰਟ ਔਰ ਬੈਕ ਤੋਂ ਤੁਹਾਨੂੰ ਬੈਕ ਵੀ ਸ਼ੋਅ ਕਰਦਾ ਬਲਾਊਜ਼ ਦੀ। ਦੇਖੋ ਡੰਮੀ ਤੇ ਪਾਇਆ ਨਾ, ਪੂਰਾ ਹੈਵੀ ਵਰਕ ਹੈ ਜੀ, ਬੈਕ ਤੇ ਵੀ ਥੋੜਾ ਡੀਪ ਹੈ ਪਰ ਕਵਰ ਕਰ ਸਕਦੇ ਆ। ਤੇ ਨਾਲ ਆਏਗੀ ਬੈਲਟ, ਬੈਲਟ ਜਿਹੜੀ ਹੈ ਤੁਹਾਨੂੰ ਸੇਮ ਕਲਰ ਦੀ ਹੈਂਡ ਵਰਕ ਦੀ ਵਰਕ ਮਿਲੇਗਾ ਬੈਲਟ ਤੇ ਵੀ, ਇਹ ਮਤਲਬ ਟੱਕ ਕਰਨ ਲਈ ਨਾ, ਕਿਉਂਕਿ ਡਰੇਪ ਸਾੜੀ ਆਪਾਂ ਵੇਸਟ ਤੇ ਇਹਨੂੰ ਟੱਕ ਕਰ ਸਕਦੇ ਤੇ ਸ਼ੋਲਡਰ ਤੇ ਪਿਨਮ ਕਰ ਸਕਦੇ ਆ। ਨਾਲ ਆਏਗੀ ਸੀਕੁਐਂਸ ਦੀ ਮਲਟੀ ਕਲਰ ਸਾੜੀ, ਸਾੜੀ ਜਿਹੜੀ ਹੈਗੀ ਹੈ ਉਹ ਔਰਗੈਂਜ਼ਾ ਦੇ ਉੱਪਰ ਹੈ ਜੀ ਤੇ ਮਲਟੀ ਕਲਰ ਬਿਲਕੁਲ ਵਰਕ ਮਿਲੇਗਾ ਟਾਈ ਐਂਡ ਡਾਈ ਦੇ ਵਿੱਚ। ਸੀਕੁਐਂਸ ਦਾ ਸਾਰਾ ਜਾਲ ਹੈ ਸੈਲਫ ਮੈਚਿੰਗ ਦੇ ਵਿੱਚ ਨਾ, ਟੋਨ ਟੂ ਟੋਨ, ਪਰ ਜਿਹੜੀ ਪ੍ਰਿੰਟਿੰਗ ਹੈ ਉਹ ਟਾਈ ਐਂਡ ਡਾਈ ਦੇ ਵਿੱਚ ਹੈ। ਫੁੱਲ ਰੈਡੀ ਟੂ ਵੇਅਰ ਸਾੜੀ ਹੈ, ਡਰੇਪ ਸੀਕੁਐਂਸ ਵਰਕ ਸੀਕੁਐਂਸ ਦਾ ਆਏਗਾ ਜੀ, ਪਰ ਮਲਟੀ ਕਲਰ ਹੈ ਸਾਰਾ, ਕਲਰ ਮੈਚਿੰਗ ਜਿਹੜੀ ਹੈ ਟਾਈ ਐਂਡ ਡਾਈ ਦੀ ਹੈ। ਹੈਵੀ ਬਲਾਊਜ਼ ਆਏਗਾ ਵਿਦ ਬੈਲਟ ਆਏਗੀ ਤੇ ਨਾਲ ਆਏਗੀ ਡਰੇਪ। ਇਹ ਰੈਡੀ ਟੂ ਵੇਅਰ ਹੈ ਜੀ ਪ੍ਰੋਪਰ ਵੈਸਟਰਨ ਲੁੱਕ ਦੇ ਵਿੱਚ, ਡਰੇਪ ਸਾੜੀ ਗਰਲਿਸ਼ ਔਰ ਡਿਜ਼ਾਈਨਰ। ਇਹ ਸਾਡੀ ਅੱਜ ਦੀ ਲਾਸਟ ਆਈਟਮ ਹੈ ਜੀ, ਜਿਹੜੀ ਡੰਮੀ ਤੇ ਪਾਈ ਹੈ, ਤੁਹਾਨੂੰ ਲੁੱਕ ਪਤਾ ਚੱਲ ਰਹੀ ਹੈ ਵੀ ਕੀ ਲੁੱਕ ਆਉਂਦੀ ਹੈ ਵੇਅਰ ਕਰਨ ਤੋਂ ਬਾਅਦ। ਕਰੋ ਬੇਟਾ, ਇਹ ਆਈਟਮ ਨੰਬਰ ਹੈਗੀ ਸਾਡੀ ਅੱਜ ਦੀ 20, ਰੈਡੀ ਟੂ ਵੇਅਰ ਡਰੇਪ ਸਾੜੀ ਹੈ ਤੇ ਰੇਟ ਆਏਗਾ ਜੀ 14,690, 14,690, ਆਈਟਮ ਨੰਬਰ ਵੀ ਹੈ। ਇੱਕ ਵਾਰੀ ਨਾ ਦੇਖ ਲਓ ਜੀ, ਬੜੀ ਅੱਛੀ ਕਲਰ ਮੈਚਿੰਗ ਹੈ, ਪ੍ਰੋਪਰ ਗਰਲਿਸ਼ ਔਰ ਡਿਜ਼ਾਈਨਰ ਹੈ, ਫੁੱਲ ਰੈਡੀ ਟੂ ਵੇਅਰ। ਲਓ ਜੀ ਅੱਜ ਦੇ ਲਈ ਇੰਨਾ ਹੀ ਜੀ, ਨੈਕਸਟ ਵੀਡੀਓ ਸੂਟਾਂ ਦੀ ਰੈਡੀ ਹੈ, ਉਹ ਵੀ ਥੋੜ੍ਹੀ ਦੇਰ 'ਚ ਲਾਈਵ ਹੋਣਗੇ ਤੇ ਕੱਲ੍ਹ ਫਿਰ ਮਿਲਾਂਗੇ ਨਵੇਂ ਆਰਟੀਕਲ ਤੇ ਨਵੇਂ ਡਿਜ਼ਾਈਨ ਲੈ ਕੇ। ਤਬ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਪਰ ਇੱਕ ਵਾਰੀ ਸਾਡੇ ਵਟਸਐਪ ਨੰਬਰ ਦੁਆਰਾ ਤੋਂ ਨੋਟ ਕਰ ਲਓ, ਜਾਣ ਲੱਗੇ ਨਾ, ਆਹ ਸਾਡੇ ਵਟਸਐਪ ਨੰਬਰ ਨੇ ਜਿਹੜੇ ਫੇਸਬੁੱਕ ਤੇ ਪਾਏ ਨੇ। ਜਿਹੜਾ ਵੀ ਤੁਹਾਨੂੰ ਇਹਦੇ 'ਚ ਅੱਛਾ ਲੱਗਿਆ ਨਾ ਆਰਟੀਕਲ, ਸਕਰੀਨਸ਼ੋਟ ਤੁਸੀਂ ਲੈ ਲਿਆ, ਉਹੀ ਸਕਰੀਨਸ਼ੋਟ ਤੁਸੀਂ ਸ਼ੇਅਰ ਕਰਕੇ, ਮੈਸੇਜ ਕਰਕੇ ਜਾਂ ਕਾਲ ਕਰਕੇ ਆਪਣਾ ਆਰਟੀਕਲ ਆ ਨੰਬਰਾਂ ਤੇ ਬੁੱਕ ਕਰਵਾ ਸਕਦੇ ਹੋ। ਲਓ ਜੀ ਅੱਜ ਦੇ ਲਈ ਇੰਨਾ ਹੀ, ਕੱਲ੍ਹ ਫਿਰ ਲਾਈਵ ਹੋਵਾਂਗੇ ਨਵੇਂ ਡਿਜ਼ਾਈਨ ਤੇ ਨਵੇਂ ਆਰਟੀਕਲ ਲੈ ਕੇ। ਤਬ ਤੱਕ ਦੇ ਲਈ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਓਕੇ ਬਾਏ, ਟੇਕ ਕੇਅਰ ਜੀ।